ਅੱਜਕੱਲ ਕੀ ਚੱਲ ਰਿਹਾ ਹੈਗਾ ਵੀ ਖਾਲਿਸਤਾਨ ਤੋਂ ਜ਼ਿਆਦਾ ਇਹ ਹੈਗੀ ਹੈ ਦੁਕਾਨਦਾਰੀ ਇਹਨਾਂ ਦੀ ਲੋਕਾਂ ਦੀ ਬਣ ਚੁੱਕੀ ਹੈਗੀ ਹੈ, ਇਹਨਾਂ ਨੇ ਦੁਕਾਨਦਾਰੀ ਖੋਲੀ ਹੈਗੀ ਹੈ ਦੁਕਾਨਦਾਰੀ ਦੇ ਹਿਸਾਬ ਨਾਲ, ਪਰ ਸਿੱਖਾਂ ਨੂੰ ਔਰ ਸਿੱਖੀ ਨੂੰ ਬਦਨਾਮ ਕਰ ਰਹੇ ਹੈਗੇ। ਇਹਦਾ ਮਤਲਬ ਇਹ ਉਹਨਾਂ ਨੂੰ ਅਕਨੋਲੇਜ ਹੀ ਨਹੀਂ ਕਰਦੇ, ਇਹ ਸਿਰਫ ਮੈਂ ਕਰ ਰਹੇ ਨੇ ਵੀ ਅਸੀਂ 10 ਬੰਦੇ ਹੀ ਹੈ ਤੇ ਜਾਂ ਤਾਂ ਕੋਈ ਇਹਨਾਂ ਦਾ ਪਰਸਨਲ ਇਹਦੇ ਚ ਬੈਨੀਫਿਟ ਹੈਗਾ। ਇਹ ਗੱਲਾਂ ਕਰਦੇ ਹੁੰਦੇ ਨੇ, ਇਹ ਫਰੀਡਮ ਆਫ ਸਪੀਚ ਦੀਆਂ ਗੱਲਾਂ ਕਰਦੇ ਨੇ, ਕਾਨੂੰਨ ਦੀਆਂ ਗੱਲਾਂ ਕਰਦੇ ਨੇ, ਹਮੇਸ਼ਾ ਉਹ ਤੋੜਦੇ ਹੈਗੇ ਨੇ। ਜਿਵੇਂ ਜੀਕੇ ਸਾਹਿਬ ਆਏ ਹੈਗੇ ਸੀਗੇ, ਉਹਨਾਂ ਦੀ ਪੱਗ ਗੁਰਦਰ ਸਾਹਿਬ 'ਤੇ ਲਾ ਦਿੱਤੀ ਹੈਗੀ, ਜੋ ਇਹਨਾਂ ਨੂੰ ਕੋਈ ਮਾੜਾ ਜਿਹਾ ਕੁਐਸਚਨ ਪੁੱਛਦਾ ਹੈਗਾ ਉਹਦੀ ਮਾਂ ਭੈਣ ਇੱਕ ਕਰਦੇ ਹੈਗੇ ਨੇ, ਉਹਦੇ ਪਰਿਵਾਰ ਨੂੰ ਪਰੇਸ਼ਾਨ ਕਰਦੇ ਹੈਗੇ ਨੇ, ਕਿਸੇ ਨੂੰ ਭੈਣ ਥ੍ਰੈਟਨ ਕਰਦੇ ਹੈਗੇ ਨੇ, ਹਰ ਇੱਕ ਤਰੀਕਾ ਯੂਜ਼ ਕਰਦੇ ਹੈਗੇ ਨੇ। ਬਿਲਕੁਲ ਜੀ, ਇਹ ਜਦੋਂ ਵੀ ਇਹਨਾਂ ਨੂੰ ਕੋਈ ਕੁਐਸਚਨ ਪੁੱਛਦਾ ਨਾ ਵੀ ਤੁਸੀਂ ਬਾਹਰ ਬੈਠੇ ਕਿਉਂ ਇਹ ਮੂਵਮੈਂਟ ਚਲਾ ਰਹੇ ਹੋ, ਤੁਸੀਂ ਉੱਥੇ ਜਾਓ, ਉੱਥੇ ਜਾ ਕੇ ਪ੍ਰੋਸੈਸ ਦੇ ਵਿੱਚ ਆਓ, ਜੇ ਇਲੈਕਸ਼ਨ ਲੜਨਾ ਚਾਹੁੰਦੇ ਹੋ ਤਾਂ ਇਲੈਕਸ਼ਨ ਲੜੋ, ਬਿਲਕੁਲ ਪਾਵਰ ਲਓ, ਪਾਰਲੀਮੈਂਟ ਦੇ ਵਿੱਚ ਪਾਵਰ ਲਓ ਤਾਂ ਕਿ ਤੁਸੀਂ ਉੱਥੇ ਆਪਣੇ ਆਪ ਨੂੰ ਪ੍ਰੈਜੈਂਟ ਕਰ ਸਕੋ। ਦੂਜਾ, ਉੱਥੇ ਜਿਹੜੇ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਸੀਗੀ ਜਿਹੜੀ ਪਿਓਰਲੀ ਖਾਲਿਸਤਾਨ ਦੇ ਬੇਸ ਤੇ ਹੀ ਬਣੀ ਸੀਗੀ, ਇਸੇ ਟਾਈਮ ਉਹਨਾਂ ਨੂੰ ਸਪੋਰਟ ਸੀਗੀ ਤੇ ਹੁਣ ਉਹਨਾਂ ਨੂੰ ਕੋਈ 2-4 ਹਜ਼ਾਰ ਵੋਟ ਵੀ ਨਹੀਂ ਪੈਂਦੀ। ਸਾਨੂੰ ਇਹਨਾਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਵੀ ਦੇਖੋ ਮੈਜੋਰਿਟੀ ਤੁਹਾਡੇ ਨਾਲ ਹਮ ਵੀ ਨਹੀਂ ਭਰ ਰਹੀ, ਤੇ ਤੁਸੀਂ ਮੈਜੋਰਿਟੀ ਨੂੰ ਆਪਣੇ ਨਾਲ ਨਹੀਂ ਲਾ ਸਕਦੇ, ਨਹੀਂ ਲਾ ਸਕਦੇ, ਕਿਉਂਕਿ ਤੁਹਾਡਾ ਜਿਹੜਾ ਕਾਸ ਹੈਗਾ ਉਹ ਮੈਜੋਰਿਟੀ ਨੂੰ ਨਾਲ ਲਾਉਣ ਵਾਲਾ ਨਹੀਂ ਹੈਗਾ, ਨਹੀਂ ਹੈਗਾ। ਤੇ ਵੀ ਤੁਸੀਂ ਕਿਉਂ ਸਾਰੀ ਇੱਕ ਕਮਿਊਨਿਟੀ ਦੀ ਜਾਂ ਆਪਣੀ ਪੂਰੀ ਕੌਮ ਦੀ ਬਦਨਾਮੀ ਕਰਾ ਰਹੇ ਹੋ, ਪਰ ਉਸਨੂੰ ਫੈਕਟਸ ਮਤਲਬ ਪਤਾ ਨਹੀਂ ਕਿਵੇਂ ਤੋੜ ਮਰੋੜ ਕੇ ਕਿਵੇਂ ਕੀਤਾ, ਉਹਦਾ ਬ੍ਰੇਨ ਵਾਸ਼ ਕਰਕੇ ਉਸਨੂੰ ਗਲਤ ਪਾਸੇ ਲਾ ਲਿਆ ਤੇ ਹੁਣ ਉਹਦੀ ਫੈਮਿਲੀ ਸਫਰ ਕਰ ਰਹੀ ਹੈ। ਹਾਂਜੀ, ਉਹ ਖੁਦ ਸਫਰ ਕਰ ਰਿਹਾ। ਬਿਲਕੁਲ, ਕੀ ਇਹ ਸਾਥ ਦੇ ਰਹੇ ਨੇ ਉਹਦਾ? ਇਹ ਸਾਥ ਕੋਈ ਬੰਦਾ ਸਾਥ ਨਹੀਂ ਦੇ ਰਿਹਾ। ਇਹ ਪਾਕਿਸਤਾਨ ਵਾਲਿਆਂ ਨੂੰ ਕੀ ਉਹ ਪ੍ਰੋਬਲਮ ਹੈਗੀ ਹੈ ਵੀ ਜਿਹੜੀ ਦੇਖੋ ਜਿੱਥੋਂ ਤੱਕ ਸਾਡੀ ਮੇਰੀ ਸੋਚ ਹੈਗੀ ਹੈ, ਸਮਝ ਹੈਗੀ ਹੈ, ਮੈਨੂੰ ਸੁਣਨ ਦੇ ਵਿੱਚ ਆਇਆ ਹੈਗਾ ਕਿ ਦੇਖੋ ਜਿਹੜੀ ਪਾਕਿਸਤਾਨ ਦੀ ਆਰਮੀ ਹੈਗੀ ਹੈ ਉਹ ਸਿੱਖਾਂ ਤੋਂ ਬਹੁਤ ਡਰਦੇ ਹੈਗੇ, ਉਹਨਾਂ ਨੂੰ ਹਮੇਸ਼ਾ ਡਰ ਹੈਗੇ ਕਿਉਂਕਿ ਆਪਾਂ ਪਾਕਿਸਤਾਨ ਦੇ ਉੱਤੇ ਬਾਰਡਰ ਦੇ ਉੱਤੇ ਹੋਣ ਕਰਕੇ ਹੈਗੇ, ਹਿੰਦੁਸਤਾਨ ਦੇ ਬਾਰਡਰ ਦੇ ਹੋਣ ਦੇ ਕਰਕੇ, ਇੱਕ ਬਾਰਡਰ ਸਟੇਟ ਹੋਣ ਦੇ ਕਰਕੇ ਉਹਨਾਂ ਨੂੰ ਹਮੇਸ਼ਾ ਹੀ ਸਿੱਖਾਂ ਨੂੰ ਪਰੇਸ਼ਾਨੀ ਰਹੀ ਹੈਗੀ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੇਰਾ ਨਾਮ ਸੁਖੀ ਚਹਿਲ, ਮੈਂ ਇੱਥੋਂ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੇ ਵਿੱਚੋਂ ਸਿਲੀਕਨ ਵੈਲੀ ਦੇ ਵਿੱਚੋਂ ਤੁਹਾਡੇ ਨਾਲ ਰੂਬਰੂ ਹੋ ਜਾ ਰਿਹਾ ਹੈਗਾ। ਤੇ ਮੇਰੇ ਨਾਲ ਅੱਜ UK ਲੰਡਨ ਤੋਂ ਨਰਿੰਦਰ ਸਿੰਘ ਚੱਕਲ ਹੈਗੇ ਨੇ। ਤੇ ਨਰਿੰਦਰ ਭਾਜੀ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਭਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਨਰਿੰਦਰ ਭਾਜੀ, ਤੁਸੀਂ ਆਪਣੇ ਬਾਰੇ ਥੋੜਾ ਜਿਹਾ ਆਪਣੇ ਜਿਹੜੇ ਸਰੋਤੇ ਹੈਗੇ ਨੇ ਉਹਨਾਂ ਦੇ ਨਾਲ ਥੋੜੀ ਜਿਹੀ ਸਾਂਝ ਪਾਓਗੇ ਵੀ ਤੁਹਾਡੀ ਬੈਕਗਰਾਉਂਡ ਬਾਰੇ, ਬਰੀਫ ਬੈਕਗਰਾਉਂਡ ਬਾਰੇ ਵੀ ਤੁਸੀਂ ਕਿੱਥੋਂ ਪੰਜਾਬ ਦੇ ਵਿੱਚੋਂ ਜਾਂ ਚੰਡੀਗੜ੍ਹ ਚੋਂ ਕਦੋਂ ਆਏ ਹੈਗੇ, ਕਿੱਥੇ ਅੱਜ ਕੱਲ੍ਹ ਰਹਿ ਰਹੇ ਹੈਗੇ ਹੋ ਤੇ ਔਰ ਪੰਜਾਬ ਦੇ ਹਾਲਾਤਾਂ ਦੇ ਵਿੱਚ ਸਪੈਸ਼ਲੀ ਜਿਹੜਾ ਕਾਲਾ ਦੌਰ ਹੈਗਾ ਸੀ ਅੱਤਵਾਦ ਦੇ ਦੌਰਾਨ, ਉਹ ਤਾਂ ਤੁਸੀਂ ਆਪ ਦੇਖਿਆ ਹੈਗਾ ਤੇ ਕੀ ਦੇਖਿਆ ਹੈਗਾ ਉਹਦੇ ਬਾਰੇ ਥੋੜਾ ਚਾਨਣਾ ਪਾਓਗੇ? ਮੈਂ ਜੀ ਬੇਸਿਕਲੀ ਚੰਡੀਗੜ੍ਹ ਨੂੰ ਬਿਲੋਂਗ ਕਰਦਾ ਤੇ ਮੇਰੀ ਐਜੂਕੇਸ਼ਨ ਚੰਡੀਗੜ੍ਹ ਦੀ ਹੈ। ਮੈਂ 1985 ਦੇ ਵਿੱਚ ਉੱਥੋਂ MSc ਕੀਤੀ ਹੈਗੀ ਪੰਜਾਬ ਯੂਨੀਵਰਸਿਟੀ ਤੋਂ। ਅੱਛਾ, ਤੇ ਉਸ ਕਰਕੇ ਜਿਹੜੇ ਉਸ ਟਾਈਮ ਦੇ ਹਾਲਾਤ ਸੀਗੇ 80s ਤੋਂ ਜਾਂ ਲੇਟ 70s ਤੋਂ ਸ਼ੁਰੂ ਹੋਏ, ਉਹਨਾਂ ਦੇ ਵਿੱਚੋਂ ਅਸੀਂ ਆਪਣੀ ਉਸ ਏਜ ਦੇ ਵਿੱਚ ਜਦੋਂ 16-17-18 ਸਾਲ ਤੋਂ ਲੈ ਕੇ ਤਕਰੀਬਨ ਸਾਰਾ ਕੁਛ ਦੇਖਿਆ ਤੇ ਕਾਫੀ ਲੋਕਾਂ ਦੀ ਸਫਰਿੰਗ ਵੀ ਦੇਖੀ ਤੇ ਸਾਡੀ ਐਜੂਕੇਸ਼ਨ ਦਾ ਵੀ ਫਰਕ ਪਿਆ। 84 ਦੇ ਵਿੱਚ ਜਦੋਂ ਬਲੂ ਸਟਾਰ ਹੋਇਆ ਤਾਂ ਐਗਜ਼ਾਮ ਜਿਹੜੇ ਸੀਗੇ ਉਹ ਪੋਸਟਪੋਨ ਹੋ ਗਏ ਤੇ 5-5-6-6 ਮਹੀਨੇ ਜਿਹੜਾ ਪਿੱਛੇ ਸਾਡਾ ਸਾਰਾ ਕੋਰਸ ਵੀ ਚਲੇ ਗਏ ਸੀਗੇ। ਆਪਣਾ ਕਾਰੋਬਾਰ ਸੈਟਲ ਕਰ ਲਿਆ ਹੈਗਾ ਤੇ ਪਰ ਏਦਾਂ ਹੈਗਾ ਵੀ ਲੰਡਨ ਬਹੁਤ ਨੇੜੇ ਹੈਗਾ ਸਾਨੂੰ ਆਉਣ ਜਾਣ ਵਾਸਤੇ ਤੇ ਉੱਥੇ ਆਲਮੋਸਟ ਸਾਲ ਦੇ ਵਿੱਚ 1-2 ਚੱਕਰ ਸ਼ੁਰੂ ਤੋਂ ਹੀ ਲੱਗਦੇ ਰਹੇ ਨੇ। ਤੁਸੀਂ ਫਿਰ ਜਿਹੜੀ ਆਪਾਂ ਇੱਥੋਂ ਖਾਲਿਸਤਾਨ ਦੀ ਧਿਰਾਂ ਹੈਗੀਆਂ ਨੇ, ਜੋ ਵੀ ਐਕਟੀਵਿਟੀ ਹੋ ਰਹੀ ਹੈਗੀ ਆ ਪੰਜਾਬ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ, ਉਦੋਂ ਤੁਹਾਨੂੰ ਅੱਛੀ ਜਾਣਕਾਰੀ ਰੱਖਦੇ ਹੋਵੋਗੇ ਤੁਸੀਂ? ਹਾਂਜੀ ਯਾਰ, ਸਾਰਾ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਗੱਲ ਏਦਾਂ ਦੀ ਹੈ ਨਹੀਂ ਜਿਹੜੀ ਤੁਹਾਨੂੰ ਨਾ ਪਤਾ ਲੱਗੇ, ਜੇ ਤੁਸੀਂ ਸੋਸ਼ਲ ਮੀਡੀਆ ਦੇ ਨਾਲ ਕਨੈਕਟ ਹੈਗੇ ਨੇ ਜੀ। ਤੇ ਇਹਦਾ ਤੁਹਾਡੇ ਇੱਕ ਆਪਣੇ ਅੱਜ ਕੱਲ੍ਹ ਇੱਕ ਨਵਾਂ ਜਿਹੜੀ ਉਹ ਚੱਲ ਰਹੀ ਹੈਗੀ ਹੈ ਰੈਫਰੈਂਡਮ 2020 ਦੀ, ਜਿਹਦੇ ਵਿੱਚ ਪੰਨੂ ਸਾਹਿਬ ਹੈਗੇ ਨੇ ਆਪਣੇ ਗੁਰਪੰਥ ਸਿੰਘ ਪੰਨੂ, ਉਹਨਾਂ ਨੇ ਕੱਲ੍ਹ ਜੋ ਵੀਡੀਓ ਪਾਈ ਹੈਗੀ ਹੈ ਕਿ ਜੇ ਕਸ਼ਮੀਰ ਦੇ ਵਿੱਚ ਪਹਿਲਾਂ ਵੋਟਾਂ ਪਵਾ ਰਹੇ ਹੈਗੇ ਨੇ, ਉੱਥੇ ਵੋਟਾਂ ਮਾਰ ਰਹੇ ਹੈਗੇ ਨੇ, ਤੇ ਉਹਦੇ ਬਾਰੇ ਤੁਹਾਡੀ ਵੀ ਪ੍ਰਤੀਕਰਮ ਲੈਣਾ ਚਾਹੂੰਗਾ ਹੈਗਾ। ਪਰ ਮੈਂ ਇਸ ਤੋਂ ਪਹਿਲਾਂ ਕਿ ਤੁਸੀਂ ਉਹ ਕਰੋ, ਕਿਉਂਕਿ ਮੈਂ ਜਦੋਂ ਉਹ ਵੀਡੀਓ ਦੇਖੀ ਮੈਨੂੰ ਬੜੀ ਉਹ ਔਡ ਲੱਗੀ ਵੀ ਦੇਖੋ ਉਹਨਾਂ ਦੀ ਪਹਿਲਾਂ ਬੋਲ ਚੱਲ ਹੈਗੀ ਸੀ, ਪਹਿਲੀ ਗੱਲ ਤਾਂ ਜਿਹੜੀ ਲੈਂਗੁਏਜ ਹੈਗੀ ਸੀ ਨਾ ਉਹ ਬੜੀ ਬੜੀ ਗਲਤ ਜਾਣੀ ਕਿ ਅਨਪਾਰਲੀਮੈਂਟ ਹੈਗੀ ਸੀ,
ਤੇ ਦੂਜੀ ਗੱਲ ਉਹ ਇੱਥੋਂ ਅਮਰੀਕਾ ਦੇ ਵਿੱਚ ਵੀ ਰਹਿੰਦੇ ਹੈਗੇ ਨੇ, ਕੈਨੇਡਾ ਚ ਵੀ ਰਹਿੰਦੇ ਹੈਗੇ ਨੇ, ਮੈਨੂੰ ਪਤਾ ਚੱਲਿਆ ਕਿ ਉਹਨਾਂ ਕੋਲ ਦੋਨੋਂ ਸਿਟੀਜ਼ਨਸ਼ਿਪ ਹੈਗੀਆਂ ਨੇ। ਦੋਨਾਂ ਮੁਲਕਾਂ ਦੇ ਵਿੱਚ ਵੀ ਉਹ ਨਵੇਂ ਤੋਂ ਨਵਾਂ ਹਰ ਰੋਜ਼ ਕੋਈ ਨਾ ਕੋਈ ਸਿਆਪਾ ਖੜਾ ਕਰ ਦਿੰਦੇ ਹੈਗੇ ਨੇ। ਹੁਣ ਉੱਥੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਵੀਡੀਓ ਪਾਈ ਹੈਗੀ ਹੈ, ਉੱਥੇ ਈਵਨ ਕਿ ਲੋਕਲ ਸਰਕਾਰ ਨੂੰ ਵੀ ਧਮਕੀਆਂ ਦੇ ਜਾਂਦੇ ਹੈਗੇ ਨੇ, ਜਿਹੜੇ ਜਸਟਿਨ ਟਰੂਡੋ ਦੀ ਸਰਕਾਰ ਹੈਗੀ ਹੈ ਉਹਨੂੰ ਵੀ ਧਮਕੀਆਂ ਦੇ ਜਾਂਦੇ ਹੈਗੇ ਨੇ। ਇਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈਗਾ, ਵੀ ਕੀ ਚੱਲ ਰਿਹਾ ਹੈਗਾ, ਜਿਹੜਾ ਡਰਾਮਾ ਹੈਗਾ ਇਹਦਾ ਕੁਛ ਬਣੂਗਾ ਹੈਗਾ ਇਹਦੇ ਲੋਕਾਂ ਦੇ ਵਿੱਚ, ਇੱਥੇ ਤੁਹਾਡੇ ਯੂਕੇ ਦੇ ਵਿੱਚ ਜਾਂ ਇਹਦੇ ਵਿੱਚ ਯੂਰਪ ਦੇ ਵਿੱਚ ਇਹਨਾਂ ਦੀ ਕੋਈ ਸੇ ਹੈਗੀ ਹੈ? ਇਹ ਰਾਜ ਜੋ 2020 ਦੀ ਕੰਪੇਨ ਚੱਲ ਰਹੀ ਹੈਗੀ, ਇਹ ਉਦਾਂ ਤਾਂ ਭਾਰਤ ਤੋਂ, ਹਿੰਦੁਸਤਾਨ ਤੋਂ ਜਾਂ ਪੰਜਾਬ ਤੋਂ ਬਾਹਰ ਹੀ ਚੱਲ ਰਹੀ ਹੈਗੀ, ਕਿਉਂਕਿ ਉੱਥੇ ਗੱਲਬਾਤ ਆਪਾਂ ਕਰਦੇ ਰਹੀਦਾ ਹੈਗਾ ਤੇ ਉੱਥੇ ਕੋਈ ਪਿੰਡਾਂ ਦੇ ਵਿੱਚ, ਮੈਂ ਤਾਂ ਆਪਣੇ 60-70 ਪਿੰਡਾਂ ਦੇ ਵਿੱਚ ਕੋਈ ਪ੍ਰਤੀਕਰਮ ਇਹਦਾ ਦੇਖਿਆ ਨਹੀਂ ਹੈਗਾ। ਤੇ ਬਾਹਰ ਹੁਣ ਜਿਵੇਂ ਕੈਨੇਡਾ ਦਾ ਵੀ ਆਪਾਂ ਦੇਖ ਰਹੇ ਸੀਗੇ, ਜੋ ਉਹਨਾਂ ਦੀ ਅੱਜ ਇੱਕ ਵੀਡੀਓ ਆਈ ਸੀਗੀ, ਕੈਨੇਡਾ ਦੇ ਵਿੱਚ ਵੀ ਸਾਡੇ ਬਹੁਤ ਲੋਕੀ ਸੈਟਲ ਹੋਏ ਨੇ, ਤੇ ਖਾਸ ਕਰਕੇ ਜੋ ਉਹਨਾਂ ਦਾ ਪੋਲੀਟੀਕਲ ਸਟਰਕਚਰ ਹੈਗਾ ਉਸਦੇ ਵਿੱਚ ਸਾਡੀ ਬਹੁਤ ਵੱਡੀ ਦੇਣ ਹੈ। ਤੇ ਉੱਥੇ ਵੀ ਜੋ ਸਰਕਾਰ ਹੈਗੀ, ਜੋ ਅੱਜ ਦੇ ਇਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਉਹਨਾਂ ਨੇ ਇਹਨਾਂ ਨੂੰ ਰਿਕੋਗਨਾਈਜ਼ ਕਰਨ ਤੋਂ ਰਿਫਿਊਜ਼ ਕਰਤਾ, ਤੇ ਉਹਦੇ ਵਿੱਚ ਸਾਨੂੰ ਅੱਗੇ ਪ੍ਰੋਬਲਮਸ ਆ ਸਕਦੀਆਂ, ਬੀਇੰਗ ਜਿਹੜੇ ਸਾਡੇ ਉੱਥੇ ਪਾਰਲੀਮੈਂਟ ਮੈਂਬਰਸ ਵਗੈਰਾ ਹੈਗੇ ਨੇ ਜਾਂ ਹੋਰ ਹੈਗੇ ਨੇ, ਸਾਡੀ ਕਮਿਊਨਿਟੀ ਦੇ ਵਿੱਚ ਇੱਕ ਡਿਵੀਜ਼ਨ ਹੋ ਸਕਦੀ ਹੈ। ਉਸ ਤੋਂ ਬਾਅਦ ਉਹਨਾਂ ਨੇ ਇੱਕ ਕੋਈ ਮੇਜਰ ਗੌਰਵ ਆਰੀਆ ਹੈਗੇ ਨੇ ਉਹਨਾਂ ਦਾ ਨਾਮ ਲੈ ਕੇ ਇੱਕ ਜੀ ਨਿਊਜ਼ ਆਜ ਤੱਕ ਤੇ ANI ਉਹਨਾਂ ਦੇ ਬਾਰੇ ਉਹ ਕਹਿੰਦੇ ਨੇ ਵੀ ਤੁਹਾਡੀ ਜਿਹੜਾ IQ ਹੈਗਾ ਇੱਕ ਡੌਗ ਦੇ ਨਾਲੋਂ ਵੀ ਘੱਟ ਹੈਗਾ। ਤੇ ਮੈਨੂੰ ਇੱਥੋਂ ਬੜੀ ਹੈਰਾਨਗੀ ਹੁੰਦੀ ਹੈ ਵੀ ਦੇਖੋ ਪੜ੍ਹਿਆ ਲਿਖਿਆ ਇਨਸਾਨ ਹੁੰਦਾ ਵੀ ਥੋੜ੍ਹੀ ਜਿਹੀ ਆਪਾਂ ਨੂੰ ਜਿਹੜੀ ਲੈਂਗੁਏਜ ਹੁੰਦੀ ਹੈਗੀ ਹੈ ਉਹ ਬਹੁਤ ਲੋਕੀ ਸੁਣਦੇ ਹੈਗੇ ਨੇ, ਉਸ ਨੂੰ ਸਿੱਖ ਕਮਿਊਨਿਟੀ ਨੂੰ ਸਪੈਸ਼ਲੀ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਹੈਗਾ। ਤੁਸੀਂ ਕਿਹਦੇ ਨਾਲ ਕਿਹਨੂੰ ਕੀ ਕੰਪੇਅਰ ਕਰ ਰਹੇ ਹੈਗੇ ਹੋ, ਥੋੜ੍ਹਾ ਜਿਹਾ ਆਪਣੇ ਮੰਜੇ ਥੱਲੇ ਇਹਨਾਂ ਨੂੰ ਸੁੱਟੀ ਮਾਰ ਲੈਣੀ ਚਾਹੀਦੀ ਹੈਗੀ ਹੈ, ਤੇ ਇਸ ਚੀਜ਼ ਦੇ ਜਿਹੜੇ ਖਮਿਆਜ਼ੇ ਹੈਗੇ ਨੇ ਉਹ ਗਲਤ ਨਿਕਲ ਸਕਦੇ ਹੈਗੇ ਨੇ। ਤੇ ਬਾਕੀ ਜਿਹੜੀ ਬਾਬਾ ਬੁੱਲੇ ਸ਼ਾਹ ਕਹਿੰਦੇ ਹੈਗੇ ਸੀਗੇ ਤੇ ਉਹ ਕੁੱਤੇ ਬਾਰੇ ਗੱਲ ਕਰਦੇ ਹੈਗੇ ਸੀ ਵੀ ਕਹਿੰਦੇ ਵੀ ਜੇ ਤੂੰ ਇੱਕ ਦਰਦਾ ਹੋ ਕੇ ਬੈਠ ਜਾਏ ਨਾ ਵੀ ਕਾਹਨੂੰ ਤੇਰੀ ਦੁਰ ਹੋਵੇ। ਇਸ ਕਰਕੇ ਵੀ ਇਹਨਾਂ ਨੂੰ ਥੋੜਾ ਜਿਹਾ ਜਿਹੜੀ ਲੈਂਗੁਏਜ ਹੈਗੀ ਹੈ ਆਪਣੀ ਧਿਆਨ ਨਾਲ ਵਰਤਣੀ ਚਾਹੀਦੀ ਹੈਗੀ ਹੈ। ਇਹ ਗੱਲਾਂ ਹੁੰਦੀਆਂ ਹੈਗੀਆਂ ਨੇ, ਛੋਟੀਆਂ ਨਹੀਂ ਹੁੰਦੀਆਂ ਹੈਗੀਆਂ, ਤੇ ਜਦੋਂ ਤੁਸੀਂ ਇਸ ਏਦਾਂ ਦੀ ਮੂਵਮੈਂਟ ਦੇ ਵਿੱਚ ਤੁਸੀਂ ਏਦਾਂ ਦੇ ਕੰਮ ਕਰ ਰਹੇ ਹੈਗੇ ਹੋ, ਨਾਲੇ ਤੁਸੀਂ ਕਲੇਮ ਕਰਦੇ ਹੈਗੇ ਹੋ ਵੀ ਸਾਡੇ ਨਾਲ ਪਿੱਛੇ ਇੰਨੇ ਹੈਗੇ, ਦੇਖੋ ਇਹਨਾਂ ਨੂੰ ਪੰਜਾਬ ਦੇ ਵਿੱਚ ਲੋਕਾਂ ਨੇ ਰਿਜੈਕਟ ਕਰ ਦਿੱਤਾ ਹੈਗਾ, ਜਦੋਂ ਜਿਹੜੀ ਹਰਿਆਣੇ ਦੇ ਵਿੱਚੋਂ ਲੋਕਾਂ ਨੇ ਰਿਜੈਕਟ ਕਰ ਦਿੱਤਾ, ਫਿਰ ਉਸ ਤੋਂ ਬਾਅਦ ਇਹਨਾਂ ਨੂੰ ਦਿੱਲੀ ਦੇ ਵਿੱਚੋਂ ਰਿਜੈਕਟ ਕਰ ਦਿੱਤਾ ਹੈਗਾ, ਤੇ ਹੁਣ ਕਹਿੰਦੇ ਅਸੀਂ ਜਾ ਕੇ ਜੰਮੂ ਕਸ਼ਮੀਰ ਦੇ ਵਿੱਚ ਕਰਾਂਗੇ ਦਿਸ ਐਂਡ ਦੈਟ। ਇਹ ਲੋਕਾਂ ਨੂੰ ਦੇਖੋ ਪਰੇਸ਼ਾਨ ਇੱਥੋਂ ਬੈਠ ਕੇ ਕਰੇ ਕੰਮ ਕਰ ਰਹੇ ਹੈਗੇ ਨੇ। ਤੁਹਾਡੇ ਹਿਸਾਬ ਨਾਲ ਕੀ ਇਹਨਾਂ ਨੂੰ ਜੇ ਖਾਲਿਸਤਾਨ ਬਣਾਉਣਾ ਹੈਗਾ, ਰੈਫਰੈਂਡਮ ਬਣਾਉਣਾ ਹੈਗਾ, ਇਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਜਾਣਾ ਚਾਹੀਦਾ? ਦੇਖੋ ਜੀ, ਪੰਜਾਬ ਦੇ ਵਿੱਚ ਸਾਡੇ ਉੱਥੇ ਅਕਾਲੀ ਦਲ ਦੀ ਸਰਕਾਰ ਰਹੀ ਹੈਗੀ, ਹਾਂਜੀ, ਜਿਹੜੀ ਕਿ ਸਿੱਖਾਂ ਦੀ ਸਰਕਾਰ ਮੰਨੀ ਜਾਂਦੀ ਹੈਗੀ ਆ, ਉਹ ਇਹਨਾਂ ਨੂੰ ਕੋਈ ਸਪੋਰਟ ਨਹੀਂ ਕਰ ਰਹੇ, ਜਦਕਿ ਹੁਣ ਤਾਂ ਚਲੋ ਉਹ ਸਰਕਾਰ ਦੇ ਵਿੱਚ ਵੀ ਨਹੀਂ ਹੈਗੇ ਨੇ। ਦੂਜਾ ਉੱਥੇ ਜਿਹੜੇ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਸੀਗੀ ਜਿਹੜੀ ਪਿਓਰਲੀ ਖਾਲਿਸਤਾਨ ਦੇ ਬੇਸ ਤੇ ਹੀ ਬਣੀ ਸੀਗੀ, ਇਸੇ ਟਾਈਮ ਉਹਨਾਂ ਨੂੰ ਸਪੋਰਟ ਸੀਗੀ, ਤੇ ਹੁਣ ਉਹਨਾਂ ਨੂੰ ਕੋਈ 2-4 ਹਜ਼ਾਰ ਵੋਟ ਵੀ ਨਹੀਂ ਪੈਂਦੀ। ਈਵਨ ਮਾਨ ਸਾਹਿਬ ਉਹਦੇ ਪ੍ਰੈਜੀਡੈਂਟ ਹੈਗੇ ਨੇ, ਤੇ ਪ੍ਰੈਜੀਡੈਂਟ ਨੂੰ ਵੀ ਮਤਲਬ ਇੰਨੀ ਕੁ ਵੋਟ ਪੈਂਦੀ ਹੈਗੀ। ਉੱਥੋਂ ਸਾਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਹੈਗਾ ਵੀ ਉੱਥੇ ਜੋ ਲੋਕ ਹੈਗੇ ਨੇ ਵੀ ਉਹ ਇਸ ਚੀਜ਼ ਦੇ ਹੱਕ ਵਿੱਚ ਨਹੀਂ ਹੈਗੇ ਨੇ, ਕਿਉਂਕਿ ਅਸੀਂ ਪੰਜਾਬੀ ਕੋਈ ਪੰਜਾਬ ਦੇ ਕਿਸੇ ਖਿੱਤੇ 'ਚ ਤਾਂ ਬੈਠੇ ਨਹੀਂ, ਅਸੀਂ ਤਾਂ ਸਾਰੇ ਹਿੰਦੁਸਤਾਨ ਦੇ ਵਿੱਚ ਖਿਲਰੇ ਬੈਠੇ ਹਾਂ। ਬਿਲਕੁਲ, ਜਿੰਨੇ ਲੋਕੀ ਪੰਜਾਬ ਤੋਂ ਬਾਹਰ ਬੈਠੇ ਨੇ ਦੂਜੇ ਸਟੇਟਾਂ ਦੇ ਵਿੱਚ, ਉਹ ਬਹੁਤ ਅੱਛੇ ਅੱਛੇ ਕਾਰੋਬਾਰ ਨੇ ਉਹਨਾਂ ਦੇ, ਬਿਲਕੁਲ, ਤੇ ਉਹਨਾਂ ਲੋਕਾਂ ਨੂੰ ਬੜੀ ਪ੍ਰੋਬਲਮ ਆ ਸਕਦੀ ਹੈ ਇਹਦੇ ਨਾਲ, ਬਿਲਕੁਲ, ਕਿਉਂਕਿ ਉਹਨਾਂ ਨੂੰ ਫਿਰ ਸਾਰਾ ਕੁਝ ਛੱਡ ਕੇ ਵੜਨਾ ਪਏਗਾ ਪੰਜਾਬ ਜਾ ਕੇ। ਬਿਲਕੁਲ ਜੀ, ਬਿਲਕੁਲ, ਤੇ ਪੰਜਾਬ ਵਾਲੇ ਉਹਨਾਂ ਲੋਕਾਂ ਨੂੰ ਅਕੋਮੋਡੇਟ ਨਹੀਂ ਕਰ ਸਕੇ। ਹਾਂਜੀ ਹਾਂ, ਜਦੋਂ 84 ਦੇ ਵਿੱਚ ਰਾਈਟਸ ਹੋਈਆਂ, ਦੰਗੇ ਹੋਏ ਉੱਥੇ, ਹਾਂਜੀ ਹਾਂ, ਉਹਦੇ ਵਿੱਚ ਪੰਜਾਬ ਵਾਲਿਆਂ ਨੂੰ 2-4 ਹਜ਼ਾਰ ਬੰਦਾ ਹੀ ਸ਼ਹਿਰ ਸਾਂਭਣਾ ਪਿਆ ਸੀਗਾ, ਤੇ ਉਹ ਵੀ ਸਾਂਭੇ ਨਹੀਂ ਗਏ ਲੋਕੀ। ਨਹੀਂ ਸਾਹਮਣੇ, ਉਹਨਾਂ ਦੇ ਉੱਤੇ ਇਹਨਾਂ ਨੇ ਦੁਕਾਨਦਾਰੀਆਂ ਵੀ ਖੋਲ ਲਈਆਂ ਹੈਗੀਆਂ। ਮੈਂ ਇਸ ਗੱਲ ਤੇ ਆਵਾਂਗਾ ਹੈਗਾ ਵੀ ਦੇਖੋ, ਜਦੋਂ 1947 ਦੇ ਉੱਤੇ ਸਭ ਤੋਂ ਜ਼ਿਆਦਾ ਨੁਕਸਾਨ ਸਿੱਖਾਂ ਦਾ, ਪੰਜਾਬੀਆਂ ਦਾ ਹੋਇਆ ਹੈਗਾ ਸੀਗਾ, 2 ਮਿਲੀਅਨ ਤੋਂ ਜ਼ਿਆਦਾ ਲੋਕੀ ਮਰ ਗਏ ਹੈਗੇ ਸੀ, 15 ਮਿਲੀਅਨ ਤੋਂ ਜ਼ਿਆਦਾ ਡਿਸਪਲੇਸ ਹੋਏ ਸੀ ਉਸ ਟਾਈਮ ਦੇ ਉੱਤੇ, ਉਦੋਂ ਵੀ ਆਪਣੀਆਂ ਧੀਆਂ ਭੈਣਾਂ ਦੀ ਜਿੱਤ ਕਿਵੇਂ ਰੁੜੀ ਹੈ, ਕੌਣ ਮਰੇ ਹੈਗੇ ਨੇ, ਆਪਾਂ ਨੂੰ ਪਤਾ ਹੁੰਦਾ ਵੀ ਜਿਹੜਾ ਇੱਦਾਂ ਦਾ ਕੋਈ ਇਸ਼ੂ ਹੁੰਦਾ ਹੈਗਾ, ਹਿਸਟਰੀ ਦੀ ਆਪਾਂ ਨੂੰ ਥੋੜ੍ਹੀ ਜਿਹੀ ਹਿਸਟਰੀ ਪੜ੍ਹ ਲੈਣੀ ਚਾਹੀਦੀ ਹੈਗੀ ਹੈ। ਦੂਜੀ ਗੱਲ, ਤੁਸੀਂ ਬਹੁਤ ਅੱਛੀ ਗੱਲ ਕਰੀ ਹੈਗੀ ਵੀ ਜਿਹੜੀ ਇਹ ਜਿਹੜੇ ਪੰਜਾਬ ਜਿਹੜਾ ਹੈਗਾ ਸਿੱਖਾਂ ਦਾ ਜਿਹੜਾ ਪੰਜਾਬ ਤੱਕ ਲਿਮਿਟਡ ਨਹੀਂ ਹੈਗੇ, ਵੀ ਦੇਖੋ ਆਪਣਾ ਬੋਲ ਬਾਣੀ ਕਿੱਥੇ ਜਿਹੜਾ ਹੈਗੀ ਹੈ, ਖਾਲਸੇ ਦੀ ਚੜ੍ਹਾਈ ਕਿੱਥੇ ਕਿੱਥੇ ਹੈਗੀ ਹੈ, ਦੁਨੀਆਂ ਭਰ ਤੇ ਹੈਗੀ ਹੈ,
और बाकी जो इंडिया हैगा इंडिया के सिखा दुरबानियां जी है ने जिन्या साडिया कुरबानियां है मेरे हाल किसी दर दिन नहीं होगा इस करके जो सारा हिंदुस्तान हैगा वो तो सा गुरुआं की पीर की फकीर की धरती हैगी है। गुरु गोबिंद सिंह कितों आए है किसी गुरु तेग बहादुर साहब कितों आए है किसी कितने कितने गए है कि मिले है हर एक धर्म के बंद मिलते है एक थोड़े छोटे जे खिते करना चाहते हैं। दूजी तुम मान साहब की गल करी है वो देखो देखो इंडिया दे बैठ के पंजाब दे बैठ के खालिस्तान की गल करते है इन्हों कौन रोकता है इतने जाके उत्थे जाके क्यों नहीं गल करते है या तो होंगे ना भी बंदा कोई इन्हों कोई करे है मामा के पुत मरवाण नहीं इन्हों नहीं है कि जो मामा के पुतों मरवाई जाते हैं उन्होंने अगे लाई जाते हैं और जेड़ा इन्हों इन्हों अगे लग गए है इन्हों पिछे लग गए है कोई इदा का कोई पंगा लै बैठता है वो बाद कोई कोई केस भी फॉलो अप नहीं करते कोई है जी ना इन्होंने तो किसी ने इंडिया जाना नहीं अपनी फैमिलिया कोई अपना वेरवा देन मेरा ख्याल नहीं कि किसी भी फैमिली कोई बच्चा इन्हां वाले राह ते तुरिया होगा मार खाधी पहला वड्डा पंजाब तो छोटा पंजाब लै लिया हिमाचल निकल गया हरियाणा निकल गया ਹੁਣ ਪੰਜਾਬ ਦੇ ਵਿੱਚ ਵੀ ਅਸੀਂ ਨਹੀਂ ਉਸ ਚੀਜ਼ ਨੂੰ ਐਸਟੈਬਲਿਸ਼ ਕਰ ਸਕਦੇ ਬਿਲਕੁਲ ਬੀਇੰਗ 1 ਜਾਂ 2% ਪਾਪੂਲੇਸ਼ਨ ਹੋਣ ਦੇ ਸਾਨੂੰ ਤਾਂ ਪੂਰੇ ਵੱਡੇ ਖਿੱਤੇ ਦੇ ਵਿੱਚ ਰਹਿ ਕੇ ਹੀ ਫਾਇਦਾ ਹੈਗਾ ਨਹੀਂ ਬਿਲਕੁਲ ਤੁਸੀਂ ਬਹੁਤ ਸੋਹਣਾ ਜਿਹੜਾ ਮੁੱਦਾ ਉਹ ਉਠਾਇਆ ਹੈਗਾ ਵੀ ਜਿਹੜਾ ਨੌਜਵਾਨਾਂ ਦੀ ਗੱਲ ਕਰੀ ਹੈਗੀ ਹੈ ਨੌਜਵਾਨ ਜਿਹੜੇ ਇਹਨਾਂ ਦੀ ਵੀ ਇਹਨਾਂ ਦੇ ਹੱਥ ਤੇ ਚੜ ਜਾਂਦੇ ਹੈਗੇ ਨੇ ਜਿਹੜੇ ਜਿਨ੍ਹਾਂ ਨੂੰ ਇਹ ਗਮਰਾਹ ਕਰਦੇ ਹੈਗੇ ਨੇ ਜਦੋਂ ਵੀ ਉਸ ਚੀਜ਼ ਦੇ ਅੱਗੇ ਮੈਂ ਤੁਹਾਨੂੰ ਲੈ ਕੇ ਚੱਲਦਾ ਹੈਗਾ ਵੀ ਦੇਖੋ ਅੱਜਕੱਲ ਕੀ ਚੱਲ ਰਿਹਾ ਹੈਗਾ ਵੀ ਖਾਲਿਸਤਾਨ ਤੋਂ ਜ਼ਿਆਦਾ ਇਹ ਹੈਗੀ ਹੈ ਦੁਕਾਨਦਾਰੀ ਇਹਨਾਂ ਦੀ ਲੋਕਾਂ ਦੀ ਬਣ ਚੁੱਕੀ ਹੈਗੀ ਹੈ ਇਹਨਾਂ ਨੇ ਦੁਕਾਨਦਾਰੀ ਖੋਲੀ ਹੈਗੀ ਹੈ ਦੁਕਾਨਦਾਰੀ ਦੇ ਹਿਸਾਬ ਨਾਲ ਪਰ ਸਿੱਖਾਂ ਨੂੰ ਔਰ ਸਿੱਖੀ ਨੂੰ ਬਦਨਾਮ ਕਰ ਰਹੇ ਹੈਗੇ ਇਹਨਾਂ ਦੀਆਂ ਜੜ੍ਹਾਂ ਕਿੱਥੇ ਜੁੜੀਆਂ ਹੋਈਆਂ ਨੇ ਜਿਹੜੋ ਮੀਡੀਆ ਦੇ ਹਿਸਾਬ ਨਾਲ ਕਿੱਥੇ ਕਿੱਥੇ ਹੁਣ ਲੇਟਲੀ ਕੀ ਹੈਗਾ ਪੰਨੂ ਸਾਹਿਬ ਨੇ ਟੈਰੋਰਿਸਟ ਡਿਕਲੇਅਰ ਕਰ ਦਿੱਤਾ ਹੈਗਾ ਉਹਨਾਂ ਨੇ ਇਹਨਾਂ ਦੀ ਸਾਰੀ ਆਰਗੇਨਾਈਜੇਸ਼ਨ ਦੇ ਹੋਰ ਵੀ 7-8 ਬੰਦਿਆਂ ਨੂੰ ਹੋਰ ਨੂੰ ਕਿ ਉਹਨਾਂ ਨੂੰ ਐਜ ਏ ਟੈਰੋਰਿਸਟ ਆਰਗੇਨਾਈਜੇਸ਼ਨ ਉਹ ਕਰ ਦਿੱਤਾ ਹੈਗਾ ਪਰ ਪੰਨੂ ਸਾਹਿਬ ਦੀ ਜਿਹੜੀ ਦੇਖੋ ਇਹ ਅਮੈਰੀਕਾ ਦੇ ਵਿੱਚ ਰਹਿੰਦੇ ਹੈਗੇ ਨੇ ਕੈਨੇਡਾ ਦੇ ਵਿੱਚ ਵੀ ਰਹਿੰਦੇ ਹੈਗੇ ਨੇ ਦੋਨੋਂ ਸਿਟੀਜ਼ਨਸ਼ਿਪ ਪੰਨੂ ਸਾਹਿਬ ਕੋਲੇ ਆਪਣੀਆਂ ਹੈਗੀਆਂ ਨੇ ਔਰ ਇਹ ਚਾਈਨਾ ਦਾ ਪੱਖਪੁਰ ਦੇ ਹੈਗੇ ਨੇ ਪਾਕਿਸਤਾਨ ਦਾ ਪੱਖਪੁਰ ਦੇ ਹੈਗੇ ਠੀਕ ਹੈ ਔਰ ਇਸ ਕਰਕੇ ਵੀ ਜਿਹੜੀ ਥਾਲੀ ਦੇ ਵਿੱਚ ਖਾਂਦੇ ਹੈਗੇ ਨੇ ਉੱਥੇ ਛੇਕ ਕਰਦੇ ਹੈਗੇ ਨੇ ਉਹ ਧੋਬੀ ਦਾ ਕੁੱਤਾ ਘਰ ਦਾ ਨਾ ਘਾਟ ਹੁੰਦਾ ਹੈਗਾ ਪੰਜਾਬੀ ਕਹਿੰਦੇ ਹੁੰਦੇ ਹੈਗੇ ਨੇ ਇਹਨਾਂ ਨੇ ਨਾ ਕਿਸੇ ਉੱਧਰ ਦਾ ਰਹਿਣਾ ਨਾ ਉੱਧਰ ਦਾ ਰਹਿਣਾ ਹੈਗਾ ਪੰਨੂ ਸਾਹਿਬ ਕਹਿੰਦੇ ਹੈਗੇ ਸੀ ਵੀ ਮੈਂ ਉੱਥੋਂ ਇਹਨਾਂ ਦੇ ਜਿਹੜਾ ਰਾਸ਼ਟਰਪਤੀ ਹੈਗਾ ਸੀਗਾ ਕਮਿਊਨਿਸਟ ਪਾਰਟੀ ਚਾਈਨਾ ਦਾ ਉਹਨਾਂ ਨੂੰ ਉੱਥੇ ਜਾ ਕੇ ਮਿਲਣ ਜਾਣਾ ਹੈਗਾ ਇਹ ਚਾਈਨਾ ਨੂੰ ਜਾਣਗੇ ਹੁਣ ਮੈਂ ਅਸੀਂ ਵੇਟ ਕਰ ਰਹੇ ਹੈਗੇ ਹਾਂ ਅਗਲੇ ਕੁਛ ਦਿਨਾਂ ਦੇ ਵਿੱਚ ਅਗਸਤ ਦੇ ਵਿੱਚ ਇਹਨਾਂ ਨੂੰ ਜਾਣਾ ਚਾਹੀਦਾ ਹੈਗਾ ਔਰ ਮੈਂ ਇਹ ਵੀ ਉਮੀਦ ਕਰੂੰਗਾ ਜਦੋਂ ਉੱਥੇ ਜਾ ਕੇ ਜਾਣਗੇ ਤੇ ਸਿੱਖ ਕੌਮ ਦੇ ਨਾਲ ਇੱਕ ਮੈਸੇਜ ਸਾਂਝਾ ਕਰਕੇ ਜਾਣਗੇ ਵੀ ਅਸੀਂ ਜਾ ਰਹੇ ਹੈਗੇ ਹਾਂ ਅਸੀਂ ਇਹ ਮੁੱਦੇ ਉਠਾਵਾਂਗੇ ਹੈਗੇ ਉੱਥੇ ਸਿੱਖਾਂ ਦੇ ਮੁੱਦੇ ਕਿਹੜੇ ਮੁੱਦੇ ਹੈਗੇ ਨੇ ਜਿਹੜੇ ਕਿ ਜਾ ਕੇ ਇਹ ਚਾਈਨਾ ਦੇ ਵਿੱਚ ਉਹਨਾਂ ਦੇ ਨਾਲ ਉਠਾਉਣਗੇ ਹੈਗੇ ਔਰ ਜਦੋਂ ਜਾਣਗੇ ਉੱਥੇ ਜਾ ਕੇ ਕਿਹਨਾਂ ਨੂੰ ਇਹ ਹੈਗਾ ਪੰਨੂ ਸਾਹਿਬ ਹਮੇਸ਼ਾ ਜਿਹੜੀ ਗੱਲ ਕਰਦੇ ਹੁੰਦੇ ਹੈਗੇ ਨੇ ਹਿਊਮਨ ਰਾਈਟਸ ਦੀ ਗੱਲ ਕਰਦੇ ਹੈਗੇ ਨੇ ਫਰੀਡਮ ਆਫ ਸਪੀਚ ਦੀ ਗੱਲ ਕਰਦੇ ਹੈਗੇ ਨੇ ਕਾਨੂੰਨ ਦੀ ਗੱਲ ਕਰਦੇ ਹੈਗੇ ਨੇ ਪਰ ਮੇਰੀ ਇੱਕ ਇਹਨਾਂ ਨੂੰ ਬੇਨਤੀ ਹੋਊ ਵੀ ਜਦੋਂ ਤੁਸੀਂ ਪਾਕਿਸਤਾਨ ਜਾਓਗੇ ਹੈਗੇ ਜਦੋਂ ਚਾਈਨਾ ਜਾਓਗੇ ਹੈਗੇ ਉੱਥੇ ਜਾ ਕੇ ਉਹਨਾਂ ਦੀ ਅਥਾਰਟੀ ਜਿਹੜੀ ਹੈਗੀਆਂ ਨੇ ਦੇਖੋ ਮੈਂ ਕਿਸੇ ਮੁਲਕ ਦੇ ਨਾਲ ਨਹੀਂ ਸਾਰੀ ਪਬਲਿਕ ਨੂੰ ਨਹੀਂ ਭੰਡ ਰਿਹਾ ਹੈਗਾ ਮੈਂ ਉਹਨਾਂ ਦੀ ਅਥਾਰਟੀ ਦੀ ਗੱਲ ਕਰਦਾ ਮੈਂ ਪਾਕਿਸਤਾਨ ਦੀ ਡੀਪ ਸਟੇਟ ਦੀ ਗੱਲ ਕਰਦਾ ਹੈਗਾ ਔਰ ਚਾਈਨਾ ਦੀ ਜਿਹੜੀ ਸੀਸੀਪੀ ਪਾਰਟੀ ਦੀ ਗੱਲ ਕਰਦਾ ਹੈਗਾ ਉਹਨਾਂ ਦੇ ਨਾਲ ਜ਼ਰੂਰ ਹਿਊਮਨ ਰਾਈਟਸ ਦੀ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਹੈਗੀ ਹੈ ਕਿਉਂਕਿ ਜਿਹੜੀ ਈਗਰ ਮੁਸਲਮਾਨ ਜਿਹੜੇ ਹੈਗਾ ਹੈ ਵੀਗਰ ਮੁਸਲਮਾਨ ਦੇ 2 million ਤੋਂ ਜ਼ਿਆਦਾ ਜਿਹੜੇ ਲੋਕੀ ਹੈਗੇ ਨੇ ਉਹਨਾਂ ਨੇ ਜੇਲ੍ਹਾਂ 'ਚ ਸੁੱਟੇ ਹੋਏ ਹੈਗੇ ਨੇ ਸਲੇਵ ਉਹਨਾਂ ਦੀ ਸਲੇਵ ਲੇਬਰ ਦੀ ਤਰ੍ਹਾਂ ਉਹਨਾਂ ਨੂੰ ਯੂਜ਼ ਕਰ ਰਹੇ ਹੈਗੇ ਨੇ ਲੇਡੀ ਦਾ ਉਹਨਾਂ ਦਾ ਮਾਸ ਰੇਪ ਜਿਹੜਾ ਹੈਗਾ ਉੱਥੇ ਚਾਈਨਾ ਦੇ ਵਿੱਚ ਹੋ ਰਿਹਾ ਹੈਗਾ ਸਟੇਟ ਸਪੋਂਸਰਡ ਦੁਨੀਆਂ ਦੇ ਵਿੱਚ ਐਸ ਅੱਜ ਦੇ ਮੁਲਕ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਰੇਪ ਹੋ ਰਹੇ ਹੈਗੇ ਨੇ ਈਗਰ ਮੁਸਲਿਮ ਕਮਿਊਨਿਟੀ ਦੇ ਨਾਲ ਹੋ ਰਹੇ ਹੈਗੇ ਨੇ ਮੈਂ ਚਾਹੂੰਗਾ ਪੰਨੂ ਸਾਹਿਬ ਨੂੰ ਜਦੋਂ ਤੁਸੀਂ ਉੱਥੇ ਚਾਈਨਾ ਜਾਓਗੇ ਉੱਥੇ ਜਾ ਕੇ ਹਿਊਮਨ ਰਾਈਟਸ ਦੀ ਉਹਨਾਂ ਦੀ ਹਾਂਗਕਾਂਗ ਦੇ ਲੋਕਾਂ ਦੀ ਵੀ ਗੱਲ ਕਰੋ ਤਿੱਬਤ ਦੇ ਦਲਾਈ ਲਾਮਾ ਦੀ ਵੀ ਗੱਲ ਕਰੋ ਹੋਗੋ ਈਗਰ ਮੁਸਲਮਾਨ ਦੀ ਵੀ ਗੱਲ ਕਰੋ ਹੈਗੋ ਉਸ ਤੋਂ ਜੇ ਤੁਸੀਂ ਪਾਕਿਸਤਾਨ ਜਾਂਦੇ ਜਿੱਥੇ ਕਿ ਅਕਸਰ ਜਾਂਦੇ ਰਹਿੰਦੇ ਹੈਗੇ ਨੇ ਉਹਨਾਂ ਦੇ ਸਾਰੇ ਲੋਕਾਂ ਨੂੰ ਮਿਲਦੇ ਰਹਿੰਦੇ ਹੈਗੇ ਨੇ ਬਹੁਤ ਪਿਆਰ ਹੈਗਾ ਉੱਥੇ ਜਾ ਕੇ ਵੀ ਜਿਹੜੀ ਉੱਥੇ ਆਪਣੀਆਂ ਲੜਕੀਆਂ ਦੇ ਨਾਲ ਹੋ ਰਿਹਾ ਹੈਗਾ ਜਿਹੜੀ ਕੋਈ ਲੜਕੀ ਚੁੱਕ ਲਈ ਹੈਗੀ ਚਾਹੇ ਸਰਦਾਰਾਂ ਦੀ ਲੜਕੀ ਹੈਗੀ ਉਹਨੂੰ ਚੁੱਕ ਕੇ ਉਹ ਕਰ ਲਿਆ ਹੈਗਾ ਉਹਨੂੰ ਡਿਫੈਂਡ ਕਰਦੇ ਹੈਗੇ ਨੇ
ਉਸ ਤੋਂ ਬਾਅਦ ਉਹਨਾਂ ਦੇ ਹੱਕਾਂ ਦੇ ਵਾਸਤੇ ਕੋਈ ਇਹਨਾਂ ਨੂੰ ਬਿਆਨ ਨਹੀਂ ਦਿੰਦੇ ਹੈਗੇ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈਗਾ ਵੀ ਇਹਨਾਂ ਦੇ ਜਦੋਂ ਇੱਥੇ ਡਬਲ ਸਟੈਂਡਰਡ ਜਿਹੜੀ ਹਿਪੋਕ੍ਰੇਸੀ ਹੁੰਦੀ ਹੈ ਨਜ਼ਰ ਆਉਂਦੀ ਹੈਗੀ ਵੀ ਇੱਥੇ ਕਹਿੰਦੇ ਕੁਛ ਨੇ ਉਹ ਕਰਦੇ ਕੁਛ ਹੈ? ਬਿਲਕੁਲ ਜੀ, ਤੇ ਹੁਣ ਤੁਸੀਂ ਇਹ ਦੇਖੋ ਮੇਨਲੀ ਇਹਨਾਂ ਦੀਆਂ ਮੈਂ ਪਿੱਛੇ ਹਫ਼ਤੇ ਤੋਂ ਦੇਖਦਾ ਸੀਗਾ ਨਿਊਜ਼ ਵਗੈਰਾ ਜਦੋਂ ਤੋਂ ਇਹਨਾਂ ਦੀ ਰਜਿਸਟ੍ਰੇਸ਼ਨ ਇਹਨਾਂ ਨੇ ਸ਼ੁਰੂ ਕੀਤਾ ਹੈਗਾ ਰੈਫਰੈਂਡਮ ਦੀਆਂ ਵੋਟਾਂ ਵਾਸਤੇ। ਹਾਂਜੀ ਹਾਂ। ਤੇ ਪੰਜਾਬ ਦੇ ਵਿੱਚ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਇਹਨਾਂ ਦਾ ਕੋਈ ਐਗਰੀਮੈਂਟ ਨਹੀਂ ਹੈਗਾ, ਕੋਈ ਡਾਇਲੋਗ ਨਹੀਂ ਹੈਗਾ ਜੀ। ਚਾਹੇ ਉਹ ਕਾਂਗਰਸ ਹੈਗੀ ਉਹਨਾਂ ਨਾਲ ਤਾਂ ਬਿਲਕੁਲ ਹੀ ਨਹੀਂ, ਅਕਾਲੀ ਦਲ ਨਾਲ ਬਿਲਕੁਲ ਨਹੀਂ ਹੈਗਾ, ਸਿਮਰਜੀਤ ਮਾਨ ਵਾਲੇ ਦਲ ਨਾਲ ਬਿਲਕੁਲ ਨਹੀਂ ਹੈਗਾ, ਆਪ ਵਾਲੀ ਪਾਰਟੀ ਇੱਕ ਨਵੀਂ ਉਭਰੀ ਹੈਗੀ ਉੱਥੇ ਉਹਨਾਂ ਨਾਲ ਬਿਲਕੁਲ ਨਹੀਂ ਹੈਗਾ। ਜਦੋਂ ਜਿਹੜੀਆਂ ਪਾਰਟੀਆਂ ਉੱਥੇ ਪੰਜਾਬ ਦੇ ਵਿੱਚ ਰੂਲ ਕਰ ਰਹੀਆਂ ਨੇ ਜਿਹੜੇ ਇਲੈਕਟਡ ਉਹਨਾਂ ਦੇ ਰਿਪ੍ਰੈਜ਼ੈਂਟੇਟਿਵ ਹੈਗੇ ਨੇ, ਜਦੋਂ ਇਹਨਾਂ ਦਾ ਉਹਨਾਂ ਨਾਲ ਜ਼ੀਰੋ ਕਮਿਊਨੀਕੇਸ਼ਨ ਹੈਗਾ, ਤੇ ਫਿਰ ਇਹ ਬਾਹਰ ਬੈਠੇ ਕਿਹੜੇ ਸੁਪਨੇ ਲੈਂਦੇ ਨੇ? ਆਪਣੀ ਪ੍ਰੋਪਰਟੀ ਹੈਗੀ ਨੇ, ਆਪਣੇ ਭੈਣ ਭਾਈ ਉੱਥੇ ਰਹਿੰਦੇ ਹੈਗੇ ਨੇ, ਉੱਥੇ ਕੋਈ ਮਸਲਾ ਜੇ ਉਹਨਾਂ ਨਾਲ ਉਠਾਉਣਾ ਹੈ, ਜੇਕਰ ਉਹਨਾਂ ਨਾਲ ਆਪਣਾ ਤਲਕਾਤ ਹੀ ਨਹੀਂ ਹੋਏਗਾ, ਡਾਇਲੋਗ ਹੀ ਨਹੀਂ ਹੋਏਗਾ ਹੈਗਾ, ਠੀਕ ਹੈ, ਆਪਾਂ ਉਹਨਾਂ ਦੇ ਸਮੱਸਿਆ ਦਾ ਹੱਲ ਨਹੀਂ ਕੱਢ ਸਕਦੇ ਹੈਗੇ। ਪਰ ਇਹ ਕੀ ਕਰਦੇ ਹੈਗੇ ਨੇ, ਜਦੋਂ ਵੀ ਕੋਈ ਕੈਪਟਨ ਸਾਹਿਬ ਆਉਣ, ਕੋਈ ਵੀ ਬੰਦਾ, ਕੋਈ ਇਲੈਕਟਿਵ ਲੀਡਰ ਆਉਂਦਾ ਹੈ, ਈਵਨ ਕੋਈ ਬਿਊਰੋਕਰੈਟ ਆਉਂਦਾ ਹੈਗਾ, ਔਰ ਮੈਨੂੰ ਅੱਜ ਕੱਲ੍ਹ ਪਤਾ ਚੱਲਿਆ ਵੀ ਕਿਉਂਕਿ ਫੈਮਿਲੀਆਂ ਦੇ ਪਿੱਛੇ ਵੀ ਇਹ ਭੱਜਦੇ ਹੈਗੇ ਨੇ, ਇਸੇ ਕਰਕੇ ਵੀ ਇਹ ਡਾਇਲੋਗ ਦੇ ਵਿੱਚ ਆਪ ਵਿਸ਼ਵਾਸ ਨਹੀਂ ਕਰਦੇ ਹੈਗੇ। ਇਹ ਨਹੀਂ ਚਾਹੁੰਦੇ ਹੈਗੇ ਵੀ ਪੰਜਾਬੀਆਂ ਦਾ, ਸਿੱਖਾਂ ਦਾ ਕੋਈ ਡਾਇਲੋਗ ਪ੍ਰੋਪਰ ਕੋਈ ਗੱਲਬਾਤ ਚੱਲੇ ਹੈਗੇ, ਔਰ ਗੱਲਬਾਤ ਤੋਂ ਇਹ ਡਰਦੇ ਹੈਗੇ ਨੇ, ਔਰ ਹਮੇਸ਼ਾ ਉਹਨਾਂ ਨੂੰ ਸਿੱਖਾਂ ਨੂੰ, ਸਿੱਖਾਂ ਦੇ ਨਾਲੋਂ ਆਪਣੇ ਜਿਹੜੇ ਪਿੱਛੇ ਬੈਠੇ ਹੈਗੇ ਨੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਜਿਹੜੇ ਸਿੱਖ ਹੈਗੇ ਨੇ, ਉਹਨਾਂ ਦੇ ਨਾਲੋਂ ਤੋੜਨ ਦੀ ਇਹ ਕੋਸ਼ਿਸ਼ ਨਹੀਂ ਕਰ ਰਹੇ। ਬਿਲਕੁਲ ਜੀ, ਇਹ ਜਦੋਂ ਵੀ ਇਹਨਾਂ ਨੂੰ ਕੋਈ ਕੁਐਸਚਨ ਪੁੱਛਦਾ ਨਾ ਵੀ ਤੁਸੀਂ ਬਾਹਰ ਬੈਠੇ ਕਿਉਂ ਇਹ ਮੂਵਮੈਂਟ ਚਲਾ ਰਹੇ ਹੋ, ਤੁਸੀਂ ਉੱਥੇ ਜਾਓ, ਉੱਥੇ ਜਾ ਕੇ ਪ੍ਰੋਸੈਸ ਦੇ ਵਿੱਚ ਆਓ, ਜੇ ਇਲੈਕਸ਼ਨ ਲੜਨਾ ਚਾਹੁੰਦੇ ਹੋ ਤਾਂ ਇਲੈਕਸ਼ਨ ਲੜੋ, ਬਿਲਕੁਲ ਪਾਵਰ ਲਓ, ਪਾਰਲੀਮੈਂਟ ਦੇ ਵਿੱਚ ਪਾਵਰ ਲਓ, ਤਾਂ ਕਿ ਤੁਸੀਂ ਉੱਥੇ ਆਪਣੇ ਆਪ ਨੂੰ ਪ੍ਰੈਜੈਂਟ ਕਰ ਸਕੋ। ਫਿਰ ਐਗਜ਼ਾਮਪਲ ਦਿੰਦੇ ਨੇ ਵੀ ਨਹੀਂ ਜੀ, ਜਦੋਂ ਆਜ਼ਾਦੀ ਕਰਾਉਣੀ ਸੀਗੀ ਹਿੰਦੁਸਤਾਨ ਨੂੰ ਅੰਗਰੇਜ਼ਾਂ ਤੋਂ, ਵੀ ਉਦੋਂ ਵੀ ਜਿਹੜੀ ਮੂਵਮੈਂਟ ਕੈਨੇਡਾ ਤੋਂ ਚੱਲੀ ਸੀਗੀ, ਗਦਰੀ ਬਾਬੇ ਇੱਥੇ ਸੀਗੇ, ਉਹ ਸਿਚੁਏਸ਼ਨ ਨੂੰ ਇਸ ਸਿਚੁਏਸ਼ਨ ਦੇ ਨਾਲ ਤੁਸੀਂ ਨਹੀਂ ਕੰਪੇਅਰ ਕਰ ਸਕਦੇ, ਕਿਉਂਕਿ ਅੰਗਰੇਜ਼ਾਂ ਦੇ ਖਿਲਾਫ ਸਾਰਾ ਮੁਲਕ ਲੜ ਰਿਹਾ ਸੀਗਾ। ਬਿਲਕੁਲ ਬਿਲਕੁਲ, ਜਿਹੜੇ ਗਦਰੀ ਬਾਬੇ ਸੀ ਨਾ ਉਹ ਇਸ ਕਰਕੇ ਨਾਲ ਬੈਨੀਫਿਟ ਲੈ ਗਏ ਕਿਉਂਕਿ ਸਾਰਾ ਮੁਲਕ ਅੰਗਰੇਜ਼ਾਂ ਦੇ ਖਿਲਾਫ ਹੋਇਆ ਹੋਇਆ ਸੀਗਾ। ਬਿਲਕੁਲ, ਹੁਣ ਜਿਹੜੇ ਲੋਕਾਂ ਨੂੰ ਤੁਸੀਂ ਆਜ਼ਾਦੀ ਦਵਾਉਣਾ ਚਾਹੁੰਦੇ ਹੋ, ਉਹ ਤਾਂ ਬੰਦਾ ਤੁਹਾਡੇ ਨਾਲ ਇੱਕ ਵੀ ਨਹੀਂ ਹੈਗਾ, ਨਹੀਂ ਹੈਗਾ, ਤੁਸੀਂ ਉਹਨਾਂ ਨੂੰ ਧੱਕੇ ਨਾਲ ਕਹਿੰਦੇ ਹੋ ਵੀ ਅਸੀਂ ਤੁਹਾਨੂੰ ਖਾਲਿਸਤਾਨ ਦਵਾਵਾਂਗੇ। ਬਿਲਕੁਲ, ਕਿਉਂਕਿ ਸਾਰੇ ਹੁਣ ਅਸੀਂ ਇੰਨਾ ਖਿਲਰੇ ਬੈਠੇ ਹਾਂ, ਕਿਸੇ ਦੇ ਕਿਸੇ ਦੇ ਪਰਿਵਾਰ ਯੂਪੀ ਚ ਬੈਠੇ ਨੇ, ਯੂਪੀ ਦਾ ਇੱਕ ਬਹੁਤ ਹਿੱਸਾ ਹੈਗਾ ਤਰਾਈ ਦੇ ਵਿੱਚ ਜਾਂ ਉਤਰਾਂਚਲ ਦਾ, ਜਿੱਥੇ ਸਾਡੀਆਂ ਜ਼ਮੀਨਾਂ ਬਹੁਤ ਜ਼ਿਆਦਾ ਨੇ। ਬਿਲਕੁਲ, ਫਿਰ ਅਸੀਂ ਰਾਜਸਥਾਨ ਚ ਬੈਠੇ ਹਾਂ, ਬਿਲਕੁਲ, ਅੱਧੇ ਤੋਂ ਜ਼ਿਆਦਾ ਰਾਜਸਥਾਨ ਸਾਡੇ ਕੋਲ ਹੈਗਾ, ਪੰਜਾਬੀਆਂ ਕੋਲ ਹੈਗਾ, ਸਰਦਾਰਾਂ ਕੋਲ ਹੈਗਾ। ਬਿਲਕੁਲ, ਫਿਰ ਤੁਸੀਂ ਮੱਧ ਪ੍ਰਦੇਸ਼ ਚਲੇ ਜਾਓ, ਆਂਧਰਾ ਚ ਚਲੇ ਜਾਓ, ਗੁਜਰਾਤ ਵਿੱਚ ਚਲੇ ਜਾਓ, ਹਰ ਜਗ੍ਹਾ ਹੀ ਅਸੀਂ ਬੈਠੇ ਹਾਂ, ਅਸੀਂ ਜ਼ਿਮੀਦਾਰ ਵੀ ਹੈ, ਅਸੀਂ ਟਰਾਂਸਪੋਰਟਰ ਵੀ ਹੈਗੇ, ਅਸੀਂ ਫੈਕਟਰੀਆਂ ਵੀ ਸਾਡੀਆਂ ਹੈਗੀਆਂ ਨੇ। ਬਿਲਕੁਲ, ਉਹਨਾਂ ਲੋਕਾਂ ਨੂੰ ਕਿਸੇ ਨੂੰ ਨਾਲ ਲੈ ਕੇ ਚੱਲਣ ਨੂੰ ਤਿਆਰ ਨਹੀਂ। ਬਿਲਕੁਲ, ਇਹਦਾ ਮਤਲਬ ਇਹ ਉਹਨਾਂ ਨੂੰ ਇਗਨੋਰੇਜ ਹੀ ਨਹੀਂ ਕਰਦੇ, ਇਹ ਸਿਰਫ ਮੈਂ ਕਰ ਰਹੇ ਨੇ ਵੀ ਅਸੀਂ 10 ਬੰਦੇ ਹੀ ਹੈ, ਤੇ ਜਾਂ ਤਾਂ ਕੋਈ ਇਹਨਾਂ ਦਾ ਪਰਸਨਲ ਇਹਦੇ ਚ ਬੈਨੀਫਿਟ ਹੈਗਾ। ਨਹੀਂ, ਉਹ ਤਾਂ ਦੇਖੋ ਨਜ਼ਰ ਆ ਰਿਹਾ ਹੈਗਾ, ਜਿਹੜੀ ਦੁਕਾਨਦਾਰੀ ਤੇ ਸਾਹਮਣੇ ਤੁਸੀਂ ਬੜਾ ਸੋਹਣਾ ਕੁਐਸਚਨ ਕਰ ਦਿੱਤਾ, ਜਿਹੜੀ ਦੁਕਾਨਦਾਰੀ ਇਹਨਾਂ ਦੀ ਸਾਹਮਣੇ ਨਜ਼ਰ ਆ ਰਹੀ ਹੈਗੀ ਹੈ। ਔਰ ਦੂਜੀ ਗੱਲ, ਕਿਉਂਕਿ ਜਦੋਂ ਉੱਥੋਂ ਦੇ ਲੋਕੀ ਨਹੀਂ ਚਾਹੁੰਦੇ ਹੈਗੇ, ਉੱਥੋਂ ਦੇ ਲੋਕੀ ਇਹਨਾਂ ਦੇ ਨਾਲ ਨਹੀਂ ਹੈਗੇ, ਔਰ ਦੂਜੀ ਗੱਲ ਇਹ ਜਿਹੜੀ ਸਭ ਤੋਂ ਬੜੀ ਦੁੱਖ ਦੀ ਗੱਲ ਹੈਗੀ, ਇਹ ਕਹਿੰਦੇ ਹੈਗੇ ਨੇ ਪੰਜਾਬ ਇਜ਼ ਆਕੂਪਾਈਡ, ਠੀਕ ਹੈ ਨਾ, ਉੱਥੋਂ ਦੇ ਜਿਹੜੇ ਲੋਕੀ ਹੈਗੇ ਨੇ ਗੁਲਾਮ ਹੈਗੇ ਨੇ। ਪਹਿਲੀ ਗੱਲ ਦੇਖ ਲਓ ਵੀ ਸਿੱਖ ਕਦੇ ਕਿਤੇ ਕਿਸੇ ਦਾ ਗੁਲਾਮੀ ਨਹੀਂ ਉਹ ਕਰਦਾ ਹੁੰਦਾ, ਔਰ ਗੁਲਾਮੀ ਦੇ ਵਿੱਚੋਂ ਇਹਨਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਨੇ ਸਾਰੀਆਂ ਸਿੱਖਾਂ ਨੇ ਜ਼ਿਆਦਾ ਦਿੱਤੀਆਂ ਹੈਗੀਆਂ, ਠੀਕ ਹੈ, ਔਰ ਉਹਨਾਂ ਲੋਕਾਂ ਨੂੰ ਗੁਲਾਮ ਦੱਸ ਰਹੇ ਹੈਗੇ ਨੇ, ਉਹਨਾਂ ਨੂੰ ਗੁਲਾਮ ਦੱਸ ਕੇ ਵੀ ਅਸੀਂ ਤੁਹਾਨੂੰ ਆਜ਼ਾਦੀ ਦੇਵਾਂਗੇ, ਪਰ ਆਜ਼ਾਦੀ ਅਸੀਂ ਦੂਰ ਬੈਠ ਕੇ ਦੇਵਾਂਗੇ, ਅਸੀਂ ਸੋਸ਼ਲ ਮੀਡੀਆ ਤੇ ਦੇਵਾਂਗੇ ਹੈਗੇ, ਗਰਾਊਂਡ ਤੇ ਕੁਛ ਨਹੀਂ ਕਰਨਾ ਹੈਗਾ, ਇਹਨਾਂ ਨੇ ਨਾ ਕਰਨਾ ਹੈਗਾ ਤੇ ਨਾ ਇਹ ਕਰਨਗੇ ਹੈਗੇ। ਇਹਨਾਂ ਦੀ ਲੱਗਦਾ ਹੈਗਾ ਵੀ ਇੱਕ ਦੁਕਾਨਦਾਰੀ ਜੀ ਚੱਲੀ ਜਾਂਦੀ ਹੈਗੀ ਹੈ, ਉੱਥੋਂ ਜਿਹੜੇ ਨੌਜਵਾਨ ਆਉਂਦੇ ਹੈਗੇ ਨੇ ਇੱਥੇ ਆ ਕੇ, ਚਲੋ ਜੀ ਉਹਦੇ ਤੁਸੀਂ ਟੀ ਸ਼ਰਟਾਂ ਪਵਾ ਦਿਓ ਹੈਗੇ ਜੀ, ਉਹਨੂੰ ਉੱਥੇ ਸਰਕਾਰ ਦੇ ਖਿਲਾਫ਼ ਉਹ ਕਰ ਦਿਓ, ਤਾਂ ਜੋ ਤੁਹਾਡੇ ਜਿਹੜੇ ਥੋੜਾ ਮੋਟਾ ਡਾਇਲੋਗ ਹੁੰਦਾ ਹੈਗਾ, ਕੋਈ ਪ੍ਰੋਸੈਸ ਸ਼ੁਰੂ ਹੁੰਦਾ ਹੈਗਾ, ਉਹਦੇ ਵਿੱਚ ਵਿਘਨ ਪਾਇਆ ਜਾਵੇ ਔਰ ਲੋਕਾਂ ਨੂੰ ਇੱਕ ਦੂਜੇ ਤੋਂ ਦੂਰ ਕਰਿਆ ਜਾਵੇ ਹੈਗੇ। ਇਹਦਾ ਤੁਹਾਡੇ ਹਿਸਾਬ ਨਾਲ ਵੀ ਕੀ ਇਹਨਾਂ ਦਾ, ਤੁਹਾਡੇ ਇੱਥੇ ਕਿੰਨੀ ਕੁ ਸੇ ਹੈਗੀ ਹੈ? ਤੁਹਾਡੇ ਕੋਲ ਕਾਫੀ ਲੋਕੀ ਹੈਗੇ ਨੇ ਇੱਥੇ, ਜਿਸ ਤਰ੍ਹਾਂ ਇਹ ਕਲੇਮ ਕਰਦੇ ਹੈਗੇ ਨੇ ਸਾਡੇ ਨਾਲ ਬਹੁਤ ਜ਼ਿਆਦਾ ਹੈਗੇ ਨੇ, ਹੈ ਇੱਥੇ ਪ੍ਰੋਬਲਮ? ਜਿਹੜੀ ਇੰਗਲੈਂਡ ਦੀ ਮਾਈਗ੍ਰੇਸ਼ਨ ਹੈਗੀ ਨਾ, ਇਹ ਆਲਮੋਸਟ ਸਭ ਤੋਂ ਓਲਡੈਸਟ ਮਾਈਗ੍ਰੇਸ਼ਨ ਹੈਗੀ ਇੱਥੇ, ਕਿਉਂਕਿ ਇੱਥੇ ਲੋਕੀ ਆਪਣੇ ਪੰਜਾਬ ਤੋਂ ਮਿਡ 50s ਦੇ ਵਿੱਚ ਆਉਣੇ ਸ਼ੁਰੂ ਹੋ ਗਏ ਸੀ। ਸੋ ਉਸ ਕਰਕੇ ਇੱਥੋਂ ਜਿਹੜੀ ਆਪਣੇ ਮੋਸਟਲੀ ਲੋਕੀ ਬੈਠੇ ਨੇ, ਉਹ ਆਪ ਪੜ੍ਹ ਲਿਖ ਗਏ, ਉਹਨਾਂ ਦੇ ਬੱਚਿਆਂ ਦੀ ਸੈਕਿੰਡ ਜਨਰੇਸ਼ਨ ਪੜ੍ਹ ਗਈ, ਹੁਣ ਤਾਂ ਤੀਜੀ ਤੇ ਚੌਥੀ ਜਨਰੇਸ਼ਨ ਚੱਲ ਰਹੀ ਹੈ, ਤੇ ਉਹਨਾਂ ਦੇ ਉੱਤੇ
ਉਹ ਪੰਜ ਪੰਜ ਚਾਰ ਚਾਰ ਸਾਲ ਦੇ ਸੀਗੇ ਜਦੋਂ ਇੱਥੇ ਆ ਗਏ ਨੇ ਆਪਣੇ ਮਾਂ ਬਾਪ ਦੇ ਨਾਲ 60 ਦੇ ਵਿੱਚ ਮਿਡ 60 ਦੇ ਵਿੱਚ ਆ ਗਏ ਨੇ ਉਹਨਾਂ ਦੀ ਐਜੂਕੇਸ਼ਨ ਇੱਥੇ ਹੋਈ ਤੇ ਉਹ ਤਕਰੀਬਨ ਇੱਥੋਂ ਦਾ ਸਾਰਾ ਕਲਚਰ ਅਡੋਪਟ ਕਰ ਗਏ ਨੇ ਚਾਹੇ ਉਹ ਆਪਣੇ ਧਰਮ ਦੇ ਨਾਲ ਨਹੀਂ ਟੁੱਟੇ ਉਹ ਆਪਣਾ ਪੂਰੀ ਪ੍ਰੈਕਟਿਸ ਕਰਦੇ ਨੇ ਗੁਰੂ ਘਰਾਂ 'ਚ ਜਾਂਦੇ ਨੇ ਸਾਰਾ ਕੁਛ ਕਰਦੇ ਨੇ ਪਹਿਰਾਵਾ ਵੀ ਉਹਨਾਂ ਨੇ ਵਧੀਆ ਰੱਖਿਆ ਹੋਇਆ ਫਿਰ ਜਿਹੜੇ ਉਹਨਾਂ ਦੇ ਬੱਚੇ ਸੀਗੇ ਬੋਰਨ ਹੋਏ ਇੱਥੋਂ ਬ੍ਰਿਟਿਸ਼ ਬੋਰਨ ਹੋਏ ਉਹਨਾਂ ਦੇ ਵਿੱਚੋਂ ਵੀ ਕੋਈ ਤੁਸੀਂ ਹਜ਼ਾਰਾਂ ਲੱਖਾਂ ਦੇ ਵਿੱਚੋਂ ਦੇਖੋ ਵੀ ਇੱਕ ਅੱਧਾ ਕੋਈ ਇਹਨਾਂ ਨੇ ਬ੍ਰੇਨ ਵਾਸ਼ ਇੱਥੇ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਸਾਡੇ ਇੱਥੇ ਇੱਕ ਨੌਜਵਾਨ ਹੈਗਾ ਜਿਹੜਾ ਇੱਥੋਂ ਦਾ ਬੋਰਨ ਐਂਡ ਬ੍ਰੌਟ ਅਪ ਸੀਗਾ ਉਹ ਉਹਦਾ 87-88 ਦਾ ਬਰਥ ਹੈ ਜੱਗੀ ਜੋਲ ਤੁਸੀਂ ਸੁਣਿਆ ਹੋਣਾ ਜਿਹੜਾ ਕਿ ਇੰਡੀਆ ਦੇ ਵਿੱਚ ਅੱਜਕੱਲ੍ਹ ਹੈਗਾ ਉਹ ਨੌਜਵਾਨ ਨੂੰ ਨਾ ਤਾਂ 84 ਬਾਰੇ ਪਤਾ ਤੇ ਜਦੋਂ ਤੱਕ ਉਹ ਗਰੋਨ ਅਪ ਹੋਇਆ ਕਮ ਸੇ ਕਮ ਵੀ ਜਦੋਂ 87 ਦਾ ਜੰਮਿਆ ਹੋਇਆ ਤਾਂ ਕਮ ਸੇ ਕਮ 2000 ਚ ਉਹਨੂੰ ਮਿਲੇਨੀਅਮ ਚ ਜਾ ਕੇ ਪਤਾ ਲੱਗਿਆ ਹੋਏਗਾ ਉਦੋਂ ਸਮਝ ਆਈ ਹੋਏਗੀ ਵੀ ਉੱਥੇ ਕੀ ਹੋਇਆ ਬਿਲਕੁਲ ਪਰ ਉਸਨੂੰ ਫੈਕਟਸ ਮਤਲਬ ਪਤਾ ਨੀ ਕਿਵੇਂ ਤੋੜ ਮਰੋੜ ਕੇ ਕਿਵੇਂ ਕੀਤਾ ਉਹਦਾ ਬ੍ਰੇਨ ਵਾਸ਼ ਕਰਕੇ ਉਸਨੂੰ ਗਲਤ ਪਾਸੇ ਲਾ ਲਿਆ ਤੇ ਹੁਣ ਉਹਦੀ ਫੈਮਿਲੀ ਸਫ਼ਰ ਕਰ ਰਹੀ ਹੈ ਉਹ ਖੁਦ ਸਫ਼ਰ ਕਰ ਰਿਹਾ ਬਿਲਕੁਲ ਕੀ ਇਹ ਸਾਥ ਦੇ ਰਹੇ ਨੇ ਉਹਦਾ ਇਹ ਸਾਥ ਕੋਈ ਬੰਦਾ ਸਾਥ ਨਹੀਂ ਦੇ ਰਿਹਾ ਬੜੀ ਖਤਰਨਾਕ ਜਿਹੜੀ ਚੀਜ਼ ਹੈਗੀ ਹੈ ਇਹ ਪੈਦਾ ਹੋ ਰਹੀ ਹੈਗੀ ਹੈ ਸਪੈਸ਼ਲੀ ਜਦੋਂ ਕੋਈ ਵੀ ਬੱਚਾ ਆਉਂਦਾ ਹੈਗਾ ਨੌਜਵਾਨ ਇੱਧਰ ਆਉਂਦਾ ਹੈਗਾ ਇੱਥੇ ਆ ਕੇ ਉਹਨੂੰ ਕਹਿੰਦੇ ਹੈਗੇ ਨੇ ਵੀ ਤੁਹਾਨੂੰ ਇੱਥੇ ਅਸਾਇਲ ਮਿਲ ਜਾਏਗੀ ਕਿ ਤੁਸੀਂ ਖਿਲਾਫ ਹਿੰਦੁਸਤਾਨ ਦੇ ਖਿਲਾਫ਼ ਬੋਲੋ ਜਾਂ ਉਹਨਾਂ ਦੀ ਸਰਕਾਰ ਦੇ ਖਿਲਾਫ਼ ਬੋਲੋ ਹੈਗੇ ਤੁਸੀਂ ਇੱਥੇ ਮੁਜ਼ਾਹਰੇ ਕਰੋ ਉਹ ਉਸ ਕਰਕੇ ਜਿਹੜਾ ਉਹਨਾਂ ਦਾ ਬ੍ਰੇਨ ਵਾਸ਼ ਕਰਦੇ ਹੈਗੇ ਨੇ ਕਿਸੇ ਵੀ ਬੱਚੇ ਨੂੰ ਤੁਸੀਂ ਅੱਜ ਇੱਕ ਆਪਾਂ ਪੰਜਾਬੀ 'ਚ ਕਹਿੰਦੇ ਹੁੰਦੇ ਨੇ ਵੀ ਤੁਸੀਂ ਚੋਰੀ ਕਰਨੀ ਬਚਪਨ 'ਚ ਸਿਖਾ ਦਿਓ ਹੈਗੇ ਉਹ ਵੱਡਾ ਹੋ ਕੇ ਡਾਕਾ ਵੀ ਮਾਰ ਸਕਦਾ ਹੈਗਾ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਹੈਗੇ ਇਸ ਕਰਕੇ ਜਿਹੜੀ ਰੈਡੀਕਲਾਈਜੇਸ਼ਨ ਹੈਗੀ ਹੈ ਸਿੱਖਾਂ ਦੀ ਜਿਹੜੀ ਹੈਗੀ ਹੈ ਸਪੈਸ਼ਲੀ ਨੌਜਵਾਨਾਂ ਦੀ ਹੈਗੀ ਜਿਹੜੇ ਵਿਚਾਰੇ ਉਸ ਟਾਈਮ 84 ਵੇਲੇ ਪੈਦਾ ਵੀ ਨਹੀਂ ਹੋਏ ਸੀ 93 ਦੇ ਵਿੱਚ ਜਦੋਂ ਇਹ ਅੱਤਵਾਦ ਦਾ ਦੌਰ ਖਤਮ ਹੋ ਗਿਆ ਹੈਗਾ ਸੀਗਾ ਉਦੋਂ ਵੀ ਨਹੀਂ ਪੈਦਾ ਹੋਏ ਸੀ ਕੁਛ ਤਾਂ ਉਸ ਤੋਂ ਬਾਅਦ ਆਏ ਹੈਗੇ ਨੇ ਕੀ ਤੁਹਾਨੂੰ ਲੱਗਦਾ ਹੈਗਾ ਵੀ ਜਿਹੜੀ ਉਹਨਾਂ ਦੇ ਨਾਲ ਹੋ ਰਹੀ ਹੈ ਸਿੱਖ ਕੌਮ ਨੂੰ ਵੀ ਇਹਨਾਂ ਦੇ ਲਈ ਕੋਈ ਆਵਾਜ਼ ਉਠਾਉਣੀ ਚਾਹੀਦੀ ਹੈ ਜਿਹੜੇ ਲੋਕੀ ਘਰਾਂ ਦੇ ਇਨਐਕਟਿਵ ਬੈਠੇ ਹੋਏ ਹੈਗੇ ਨੇ ਉਹਨਾਂ ਨੂੰ ਵੀ ਰੇਜ਼ ਕਰਨੀ ਚਾਹੀਦੀ ਹੈ ਇਹ ਮੁੱਦਾ ਰੇਜ਼ ਕਰਨਾ ਚਾਹੀਦਾ ਵੀ ਤਾਂ ਜੋ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਵਿਚਾਰਿਆਂ ਦਾ ਐਕਸਪਲੋਇਟ ਨਾ ਕਰਿਆ ਜਾਵੇ ਇੱਥੇ ਤਾਂ ਜੀ ਪ੍ਰੋਬਲਮ ਸਾਡੇ ਕੰਟਰੀ ਦੇ ਵਿੱਚ ਇਹ ਹੈਗੀ ਕੁਛ ਪਾਰਟਸ ਆਫ ਜਿਹੜੇ ਕੰਟਰੀ ਦੇ ਹੈਗੇ ਨੇ ਹਾਂਜੀ ਜਿੱਥੇ ਬਹੁਤ ਜ਼ਿਆਦਾ ਇੰਡਸਟਰੀ ਸੀਗੀ ਪਹਿਲਾਂ ਉੱਥੇ ਜਿਹੜੀ ਸਾਡੀ ਮਾਈਗ੍ਰੇਸ਼ਨ ਸੀਗੀ ਜਿਹੜੀ ਜਿਹਨਾਂ ਨੂੰ ਜ਼ਿਆਦਾ ਐਜੂਕੇਸ਼ਨ ਦੀ ਲੋੜ ਨਹੀਂ ਸੀਗੀ ਉਸ ਇੰਡਸਟਰੀ ਦੇ ਵਿੱਚ ਜੋਬ ਲੈਣ ਵਾਸਤੇ ਜੀ ਤੇ ਉੱਥੇ ਬਹੁਤ ਜ਼ਿਆਦਾ ਲੋਕੀ ਆਪਣੇ ਸੈਟਲ ਹੋ ਗਏ ਜੀ ਉਹ ਜਿਹੜੀ ਕਿ ਜਨਰੇਸ਼ਨ ਸੀਗੀ ਉਹ ਪੜ੍ਹੀ ਲਿਖੀ ਨਹੀਂ ਸੀ ਉਹ ਤਾਂ ਬੜੇ ਹਾਰਡ ਮਿਹਨਤ ਕਰਨ ਵਾਲੇ ਸੀ ਉਹਨਾਂ ਨੇ ਇੱਥੇ ਵੀ ਆਪਣਾ ਸਾਰਾ ਕੁਝ ਬਣਾਇਆ ਉਹਨਾਂ ਨੇ ਪਿੱਛੇ ਆਪਣੇ ਪਰਿਵਾਰ ਵੀ ਪਾਲੇ ਉਹਨਾਂ ਦੀ ਨਾ ਐਜੂਕੇਸ਼ਨ ਪੇਰੈਂਟਸ ਨੇ ਜਿਹੜੇ ਪੇਰੈਂਟਸ ਕੰਮ 'ਚ ਬਹੁਤ ਰੁੱਝੇ ਰਹੇ ਫਿਰ ਉਹਨਾਂ ਦੀ ਗਾਹ ਨੈਕਸਟ ਜਨਰੇਸ਼ਨ ਹੋ ਗਈ ਤੇ ਉਹ ਜਿਹੜੀ ਨੈਕਸਟ ਜਨਰੇਸ਼ਨ ਸੀ ਉਹ ਵੀ ਇੰਨੀ ਸਕਸੈਸਫੁਲ ਨਹੀਂ ਹੋ ਸਕੀ ਉਹਦੇ ਵਿੱਚ ਤੁਸੀਂ ਲਾ ਲਓ ਵੀ 20-25% ਜਿਹੜੇ ਸੀਗੇ ਉਹਨਾਂ ਦੇ ਬੱਚੇ ਬਹੁਤ ਚੰਗੀ ਐਜੂਕੇਸ਼ਨ ਲੈ ਗਏ ਕੋਈ ਡਾਕਟਰ ਬਣ ਗਿਆ ਕੋਈ ਇੰਜੀਨੀਅਰ ਬਣ ਗਿਆ ਕੋਈ IT ਦਾ ਕੁਛ ਬਣ ਗਿਆ ਜਾਂ ਕਿਸੇ ਨੇ ਕੋਈ ਹੋਰ ਆਪਣਾ ਕੰਮ ਕਰ ਲਿਆ ਮੈਜੋਰਟੀ ਜਿਹੜੇ ਸੀਗੇ ਉਹ ਲੋਅ ਪੇਡ ਜੋਬਸ ਦੇ ਉੱਤੇ ਰਹਿ ਗਏ ਕੁਛ ਪਾਰਟਸ ਹੈਗੇ ਨੇ ਤੁਸੀਂ ਮਿਡਲੈਂਡਸ ਦੇ ਵਿੱਚ ਚਲੇ ਜਾਓ ਫਿਰ ਤੁਸੀਂ ਉੱਧਰ ਵੈਸਟ ਮਿਡਲੈਂਡ ਚਲੇ ਜਾਓ ਈਸਟ ਮਿਡਲੈਂਡ ਚਲੇ ਜਾਓ ਉਹ ਏਰੀਆ ਜ਼ਿਆਦਾ ਅਫੈਕਟਡ ਹੈਗੇ ਨੇ ਹੁਣ ਲੰਡਨ ਸਾਈਡ ਜ਼ਿਆਦਾ ਪ੍ਰੋਸਪੈਰਸ ਸੀਗਾ ਇੱਧਰ ਲੋਕੀ ਜੋਬਾਂ ਜਿਹੜੇ ਲੈਂਦੇ ਸੀ ਉਹ ਹੀ ਲੈਂਦੇ ਸੀ ਮੋਸਟਲੀ ਜਿਹਨਾਂ ਦੇ ਕੋਲ ਐਜੂਕੇਸ਼ਨ ਸੀਗੀ ਕਿਉਂਕਿ ਮੋਸਟਲੀ ਫੈਕਟਰੀ ਵਰਕ ਘੱਟ ਸੀਗਾ ਇਹ ਆਫਿਸ ਵਰਕ ਸੀ ਜਾਂ ਫਿਰ ਏਅਰਪੋਰਟ ਸੀਗਾ ਇੱਧਰ ਹੀਥਰੋ ਵਗੈਰਾ ਹੈ ਜੋ ਵੀ ਤੇ ਉਹਨਾਂ ਦੇ ਫਿਰ ਬੱਚੇ ਵੀ ਵਧੀਆ ਪੜ੍ਹ ਲੈ ਕੇ ਤੇ ਉਹ ਉਹਨਾਂ ਨੂੰ ਤਾਂ ਬੜਾ ਰੈਡੀਕਲਾਈਜ਼ ਕਰਨਾ ਬੜਾ ਮੁਸ਼ਕਲ ਹੈ ਪਰ ਫਿਰ ਵੀ ਸਾਡੇ ਕੁਛ ਜਿਹੜੇ ਇੱਥੇ ਗੁਰੂ ਘਰ ਹੈਗੇ ਨੇ ਜਿੱਥੇ ਸਾਰਾ ਦਿਨ ਮਦਰਸੇ ਜਿਵੇਂ ਖੁੱਲੇ ਹੋਏ ਨੇ ਨਾ ਪਾਕਿਸਤਾਨ ਦੇ ਵਿੱਚ ਉਹ ਮਦਰਸਿਆਂ ਵਰਗਾ ਹੈਗਾ ਸਿਸਟਮ ਕਿਉਂਕਿ ਉਦਾਂ ਤਾਂ ਹਰ ਇੱਕ ਪੇਰੈਂਟ ਚਾਹੁੰਦਾ ਵੀ ਮੇਰਾ ਬੱਚਾ ਆਪਣੀ ਮਾਂ ਬੋਲੀ ਸਿੱਖੇ ਤੇ ਮੋਸਟਲੀ ਜਿਹੜੀ ਮਾਂ ਬੋਲੀ ਦੀ ਫੈਸਿਲਿਟੀ ਹੈਗੀ ਉਹ ਸਾਡੇ ਗੁਰੂ ਘਰਾਂ ਦੇ ਵਿੱਚ ਹੈਗੀ ਗੁਰੂ ਘਰਾਂ ਦੇ ਵਿੱਚ ਇਸ ਕਰਕੇ ਕਿਉਂਕਿ ਜਿਹੜੇ ਸਾਡੇ ਗੁਰੂ ਘਰ ਨੇ ਉਹ ਕੰਬਾਈਂਡ ਹੈਗੇ ਨੇ ਉਹ ਸਾਡਾ ਇੱਕ ਰਿਲੀਜੀਅਸ ਪਲੇਸ ਵੀ ਹੈਗਾ ਸਾਡਾ ਉਹ ਕਮਿਊਨਿਟੀ ਸੈਂਟਰ ਵੀ ਹੈਗਾ ਤੇ ਕਮਿਊਨਿਟੀ ਸੈਂਟਰ ਵਾਸਤੇ ਗਵਰਨਮੈਂਟ ਇੱਥੇ ਇੱਕ ਤੁਹਾਨੂੰ ਗ੍ਰਾਂਟ ਦਿੰਦੀ ਹੈ ਇਹ ਉਹ ਗ੍ਰਾਂਟਸ ਵਗੈਰਾ ਗੁਰੂ ਘਰ ਅਵੇਲ ਕਰਦੇ ਨੇ ਉਸ ਕਰਕੇ ਇਹਨਾਂ ਨੂੰ ਫਿਰ ਕਮਿਊਨਿਟੀ ਵਾਸਤੇ ਉਦਾਂ ਦਾ ਕੁਛ ਜਿਵੇਂ ਕੋਈ ਅੰਦਰ ਬੱਚਿਆਂ ਨੂੰ ਆਪਣਾ ਕੋਈ ਰਿਲੀਜੀਅਸ ਸਟੱਡੀਜ਼ ਵਾਸਤੇ ਜਾਂ ਕੋਈ ਉਹਨਾਂ ਨੂੰ ਮਿਊਜ਼ਿਕ ਸਿਖਾਉਣ ਵਾਸਤੇ ਸਾਡਾ ਜਾਂ ਫਿਰ ਕੋਈ ਦੂਜਾ ਜਿਹੜਾ ਆਪਣਾ ਪੰਜਾਬੀ ਵਾਸਤੇ ਉਹ ਉੱਥੇ ਬੱਚੇ ਲੋਕੀ ਲੈ ਜਾਂਦੇ ਨੇ ਪਰ ਉੱਥੇ ਕੁਛ ਬੱਚੇ ਮਤਲਬ ਬਹੁਤ ਤੁਸੀਂ ਮਿਨੀਮਮ ਲਾ ਲਓ ਵੀ ਕੋਈ ਮੈਂ ਦੱਸਦਾ ਵੀ ਹਜ਼ਾਰਾਂ ਦੇ ਵਿੱਚੋਂ ਕੋਈ ਇੱਕ ਜਾਂ ਦੋ ਬੱਚੇ ਇੱਦਾਂ ਦੇ ਹੁੰਦੇ ਨੇ ਜਿਹਨਾਂ ਨੂੰ ਇਹ ਇਨਫਲੂਐਂਸ ਕਰ ਸਕਦੇ ਨੇ ਨਹੀਂ ਪਰ ਉਹਦੇ ਵਿੱਚ ਤੁਸੀਂ ਜਿਹੜਾ ਤੁਸੀਂ ਗੁਰਦੁਆਰਿਆਂ ਦੀ ਗੱਲ ਕਰਦੇ ਹੈਗੇ ਜਦੋਂ ਗੁਰਦੁਆਰੇ ਦੇ ਉੱਤੇ ਹੀ ਕਬਜ਼ਾ ਇਹਨਾਂ ਦਾ ਹੋ ਗਿਆ ਹੈਗਾ ਜੀ ਜੇ ਦੇਖੋ ਹੁਣ ਦੇਖੋ ਕੈਨੇਡਾ ਦੇ ਵਿੱਚ ਜਾ ਕੇ ਦੇਖ ਲਓ ਤੁਸੀਂ ਵੈਨਕੂਵਰ ਦੇ ਵਿੱਚ ਇਹਨਾਂ ਦਾ ਜਿਹੜਾ ਇੱਕ ਅੱਤਵਾਦੀ ਵੀ ਉਹਨੂੰ ਪੋਸ਼ ਕਰਿਆ ਹੈਗਾ ਹਰਦੀਪ ਸਿੰਘ ਨਿੱਜਰ ਉਹ ਪ੍ਰਧਾਨ ਹੈ ਗੁਰਦੁਆਰੇ ਦਾ ਹੈਗਾ ਜੀ
ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਇਤਿਹਾਸਕ ਗੁਰਦੁਆਰਾ ਹੈਗਾ ਸੀ, ਜਿਹੜਾ ਗਦਰੀ ਬਾਬਾ ਦਾ ਇਤਿਹਾਸਕ ਗੁਰਦੁਆਰਾ ਹੈਗਾ ਸੀ ਸਟੋਕਟਨ ਦੇ ਵਿੱਚ, ਉਹਨਾਂ ਦੇ ਉੱਤੇ ਵੀ ਇਹਨਾਂ ਦਾ ਕਬਜ਼ਾ ਹੈਗਾ। ਜਿੱਥੇ ਇਹਨਾਂ ਦਾ ਕਬਜ਼ਾ ਹੈਗਾ, ਇਹ ਤਾਂ ਫਿਰ ਉਹਨੂੰ ਡੈਫੀਨੇਟਲੀ ਉਹਨੂੰ ਐਕਸਪਲੋਇਟ ਕਰਨਗੇ, ਰੈਡੀਕਲਾਈਜ਼ ਕਰਨਗੇ ਹੈਗੇ, ਤਾਂ ਜੋ ਉਹੀ ਬੰਦਾ ਉੱਥੇ ਆ ਸਕੇ, ਗੁਰਦੁਆਰਾ ਸਾਹਿਬ ਮੱਥਾ ਵੀ ਉਹੀ ਟੇਕੇ ਹੈਗੇ, ਜਿਹੜਾ ਇਹਨਾਂ ਦੀ ਬੋਲੀ ਬੋਲੂਗਾ, ਜਿਹੜਾ ਇਹਨਾਂ ਦੇ ਨਾਲ ਸਹਿਮਤ ਹੋਊਗਾ ਹੈਗਾ। ਵੀ ਆਮ ਕਰਕੇ ਵੀ ਜਿਹੜੀ ਜਿਹੜੀ ਗੁਰਦੁਆਰਾ ਸਾਹਿਬ ਦੀ ਜਿਹੜੀ ਡੈਫੀਨੇਸ਼ਨ ਹੈਗੀ ਸੀ, ਉਹ ਤੋਂ ਸਿੱਖੀ ਦੇ ਨਾਲ ਵੀ ਇਹ ਤੋੜਨਗੇ ਜਿਹੜੇ ਆਮ ਬੰਦੇ ਨੂੰ। ਉਹਦੀ ਰਾਜੀ ਵਜ੍ਹਾ ਹੈਗੀ, ਕਿਉਂਕਿ ਜਿਹੜੀ ਮੈਜੋਰਟੀ ਪਾਪੂਲੇਸ਼ਨ ਹੈਗੀ ਨਾ, ਹਾਂਜੀ, ਉਹ ਉਹਨਾਂ ਦਾ ਉਸ ਪਾਸੇ ਨੂੰ ਝੁਕਾਅ ਘੱਟ ਹੈਗਾ। ਉਹ ਤਾਂ ਕਦੇ ਮਹੀਨੇ ਪਿੱਛੋਂ ਇੱਕ ਵਾਰ ਮੱਥਾ ਟੇਕਣ ਜਾਏ, ਕਿਉਂਕਿ ਲੋਕਾਂ ਦਾ ਆਪਣਾ ਇੱਕ ਸਿਸਟਮ ਹੈਗਾ। ਉਹਨਾਂ ਦੇ ਬੱਚੇ ਸਕੂਲਾਂ 'ਚ ਜਾਂਦੇ ਨੇ, ਵੀਕਐਂਡ ਦੇ ਉੱਤੇ ਬੱਚੇ ਸਪੋਰਟਸ ਕਰਦੇ ਨੇ, ਉਹਨਾਂ ਦੇ ਮੈਚ ਹੁੰਦੇ ਨੇ, ਕਿਸੇ ਨੂੰ ਤੁਸੀਂ 40 ਮੀਲ ਤੇ ਬੱਚੇ ਨੂੰ ਮੈਚ ਖਿਡਾਉਣ ਜਾਣਾ ਹੈ, ਤੇ ਕਿਸੇ ਨੂੰ ਕਿਤੇ ਸਵਿਮਿੰਗ ਲੈ ਕੇ ਜਾਣਾ ਹੈ, ਤੇ ਉਸ ਕਰਕੇ ਲੋਕਾਂ ਕੋਲ ਟਾਈਮ ਹੀ ਨਹੀਂ ਹੈਗਾ। ਇਹ ਜਿਹੜੇ ਲੋਕੀ ਉੱਥੇ ਕਾਬਜ ਹੋਏ ਬੈਠੇ ਨੇ, ਇਹਨਾਂ ਕੋਲ ਟਾਈਮ ਹੀ ਟਾਈਮ ਹੈਗਾ, ਬਿਲਕੁਲ, ਕਿਉਂਕਿ ਇਹਦਾ ਫੁੱਲ ਟਾਈਮ ਉੱਥੇ ਬੈਠੇ ਨੇ, ਉੱਥੋਂ ਇਹਨਾਂ ਨੇ ਆਪਣਾ ਤੋਰੀ ਫੁਲਕਾ ਚਲਾਉਣਾ ਹੈ, ਇਹਨਾਂ ਦਾ ਤਾਂ ਰੁਜ਼ਗਾਰ ਹੈ ਉੱਥੇ, ਇਹ ਤਾਂ ਉੱਥੇ ਬੈਠੇ ਨੇ, ਇਸੇ ਕਰਕੇ ਕਬਜ਼ੇ। ਜਿਹੜੀ ਮੈਜੋਰਟੀ ਲੋਕ ਹੈਗੇ ਨੇ ਉਹ ਇਤਰਾਜ਼ ਨਹੀਂ ਕਰਦੇ, ਉਹ ਕਹਿੰਦੇ ਠੀਕ ਹੈ ਜਾਣੇ ਛੱਡ ਦਿਓ। ਹਾਂਜੀ ਹਾਂਜੀ ਹਾਂਜੀ, ਉਹ ਬੰਦਾ ਕਹਿੰਦਾ ਵੀ ਚਲੋ ਠੀਕ ਹੈ, ਖੜਾ ਛੱਡੋ ਜੀ ਅਸੀਂ ਇਹਨਾਂ ਦੇ। ਅਸਲ ਸਭ ਤੋਂ ਜਿਹੜਾ ਮੇਨ ਪ੍ਰੋਬਲਮ ਇਹ ਹੈ ਵੀ ਜਿਹੜਾ ਆਮ ਬੰਦਾ ਹੋ ਗਿਆ ਹੈਗਾ, ਦੇਖੋ ਆਪਣੇ ਪੰਜਾਬੀ ਜਿਹੜੇ ਹੈਗੇ ਨੇ, ਸਿੱਖ ਹੈਗੇ ਨੇ, ਉੱਥੇ ਆ ਕੇ ਮਿਹਨਤੀ ਲੋਕ ਹੈਗੇ ਨੇ, ਹਰ ਕੋਈ ਬੰਦਾ ਆਪੋ ਆਪਣੇ ਕੰਮਾਂ 'ਚ ਬਿਜੀ ਹੈਗਾ। ਅਗਲਾ ਕਹਿੰਦਾ ਵੀ ਇਹਨਾਂ ਦੇ ਨਾਲ ਕੀ, ਇਹਨਾਂ ਨੇ ਤਾਂ ਗੰਦ ਬੋਲਣਾ ਹੈਗਾ, ਔਰ ਇਹਨਾਂ ਦੀ ਬੋਲਬਾਣੀ ਤੋਂ ਪਤਾ ਚੱਲ ਜਾਂਦਾ ਹੈਗਾ ਇਹ ਗੱਲਾਂ ਕਰਦੇ ਹੁੰਦੇ ਨੇ, ਇਹ ਫਰੀਡਮ ਆਫ ਸਪੀਚ ਦੀਆਂ ਗੱਲਾਂ ਕਰਦੇ ਨੇ, ਕਾਨੂੰਨ ਦੀਆਂ ਗੱਲਾਂ ਕਰਦੇ ਨੇ, ਹਮੇਸ਼ਾ ਉਹ ਤੋੜਦੇ ਹੈਗੇ ਨੇ। ਜਿਵੇਂ ਜੀ ਕੇ ਸਾਹਿਬ ਆਏ ਹੈਗੇ ਸੀਗੇ, ਉਹਨਾਂ ਦੀ ਪੱਗ ਪੁੱਤਰ ਪਾਸੇ ਲਾ ਦਿੱਤੀ ਹੈਗੀ, ਜੋ ਇਹਨਾਂ ਨੂੰ ਕੋਈ ਮਾੜਾ ਜਿਹਾ ਕੁਸ਼ਚਨ ਪੁੱਛਦਾ ਹੈਗਾ ਉਹਦੀ ਮਾਂ ਭੈਣ ਇੱਕ ਕਰ ਦਿੰਦੇ ਹੈਗੇ ਨੇ, ਉਹਦੇ ਪਰਿਵਾਰ ਨੂੰ ਪਰੇਸ਼ਾਨ ਕਰਦੇ ਹੈਗੇ ਨੇ, ਕਿਸੇ ਨੂੰ ਥ੍ਰੈਟ ਕਰਦੇ ਹੈਗੇ ਨੇ, ਹਰ ਇੱਕ ਤਰੀਕਾ ਯੂਜ ਕਰਦੇ ਹੈਗੇ ਨੇ। ਪਰ ਦੂਜੇ ਪਾਸੇ ਇੱਕ ਮੈਂ ਤੁਹਾਨੂੰ, ਕਿਉਂਕਿ ਤੁਸੀਂ ਯੂਕੇ ਦੇ ਵਿੱਚ ਰਹਿੰਦੇ ਹੈਗੇ ਹੋ, ਵੀ ਜਿਹੜੀ ਇੱਥੇ ਆਪਣੀ ਕੁੜੀਆਂ ਦੇ ਨਾਲ, ਪੰਜਾਬੀ ਕੁੜੀਆਂ ਦੇ ਨਾਲ, ਸਿੱਖਾਂ ਦੀ ਵੀ ਇੱਥੇ ਜਿਹੜੀ ਸੈਕਸੁਅਲ ਗਰੂਮਿੰਗ ਹੋਈ ਹੈਗੀ ਸੀ ਪਿਛਲੇ ਸਾਲ ਦੇ ਵਿੱਚ, ਬਹੁਤ ਵੱਡਾ ਹੋਇਆ ਹੈਗਾ ਸੀ, ਜਿਹੜੇ ਪਾਕਿਸਤਾਨੀ ਕੁਛ ਗੈਂਗ ਹੈਗੇ ਸੀਗੇ, ਉਹਦੇ ਬਾਰੇ ਕੀ ਖਿਆਲ ਹੈਗਾ? ਇੱਥੇ ਦਾ ਜੀ ਯੂਕੇ ਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਸੀਗੀ ਜੀ, ਤੇ ਅੱਜ ਦੀ ਡੇਟ ਵੀ ਹੈਗੀ ਆ। ਅੱਛਾ ਜੀ, ਪਰ ਪਿਛਲੇ 2-3 ਸਾਲਾਂ ਦੇ ਵਿੱਚ ਇਹ ਕਾਫੀ ਜ਼ਿਆਦਾ ਬਾਹਰ ਮੀਡੀਆ ਦੇ ਵਿੱਚ ਆ ਗਈ। ਅੱਛਾ ਜੀ, ਤੇ ਉਹਨਾਂ ਨੇ ਫਿਰ ਕਾਫੀ 2-3 ਜਿਹੜੇ ਸ਼ਹਿਰ ਸੀਗੇ, ਕੋਈ ਨਾਰਥ ਦੇ ਸ਼ਹਿਰ ਸੀਗੇ, ਕੋਈ ਮਿਡਲੈਂਡਸ ਦੇ ਸੀਗੇ, ਜਿਵੇਂ ਬਰਮਿੰਗਮ ਹੋ ਗਿਆ, ਆਪਣੇ ਉਧਰ ਬ੍ਰੈਡਫੋਰਡ ਸ਼ਹਿਰ, ਰੋਦਰਮ ਵਗੈਰਾ ਸੀਗੇ, ਆਕਸਫੋਰਡ ਸੀਗਾ, ਹਾਂਜੀ ਹਾਂਜੀ, ਤੇ ਉਹਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਬੱਚੇ ਯੰਗ ਕੁੜੀਆਂ ਸੀਗੀਆਂ ਜਿਹੜੀਆਂ ਅੰਡਰ ਏਜ ਵਗੈਰਾ ਗਰੂਮ ਹੋਈਆਂ ਵੀ ਸੀਗੀਆਂ, ਹਾਂਜੀ ਹਾਂਜੀ, ਤੇ ਉਹਨਾਂ ਦੇ ਵਿੱਚ 56 ਜਿਹੜੇ ਲੋਕੀ ਸੀਗੇ ਉਹ ਕਨਵਿਕਟ ਹੋਏ ਨੇ। ਅੱਛਾ, 56 ਦੇ ਵਿੱਚ ਜਿਹੜੇ ਸੀਗੇ ਉਹ 52 ਪਾਕਿਸਤਾਨੀ ਰੀਜਨ ਦੇ ਸੀਗੇ। ਅੱਛਾ, ਤੇ 3 ਜਿਹੜੇ ਸੀਗੇ ਉਹ ਇੱਥੋਂ ਵਾਈਟ ਸੀਗੇ ਇੰਗਲਿਸ਼। ਅੱਛਾ, ਇੱਕ ਉਹਨਾਂ ਦੇ ਵਿੱਚ ਆਪਣਾ ਗੁਰਸਿੱਖ ਸਰਦਾਰ ਸੀਗਾ, ਪੂਰਾ ਪੂਰਾ ਗੁਰਸਿੱਖ ਸੀ। ਅੱਛਾ ਜੀ, ਉਹ 50 ਬੰਦੇ ਤੰਦੇ ਦੇ ਵਿੱਚ, ਤੇ ਉਹ ਸਾਡੇ ਜਿਹੜੇ ਅਸੀਂ ਗੱਲ ਕਰਦੇ ਹਾਂ ਸਿੱਖਾਂ ਦੀਆਂ ਲੜਕੀਆਂ ਬਾਰੇ, ਹਾਂਜੀ ਹਾਂ, ਉਹ ਵੀ ਇੱਕ ਪਾਕਟਸ ਹੈਗੀਆਂ ਨੇ ਕੰਟਰੀ ਦੇ ਵਿੱਚ। ਅੱਛਾ ਜੀ, ਜਿੱਥੇ ਇਹ ਇਨਸੀਡੈਂਟਸ ਹੋਏ ਨੇ ਜੀ, ਮੇਨਲੀ ਜਿਹੜਾ ਬਰਮਿੰਗਮ ਹੈਗਾ ਉੱਥੇ, ਹਾਂਜੀ ਹਾਂ, ਤੇ ਜਾਂ ਫਿਰ ਇੱਕ ਲੈਸਟਰ ਸ਼ਹਿਰ ਹੈਗਾ ਜਿੱਥੇ ਆਪਣੀ ਕਾਫੀ ਪਾਪੂਲੇਸ਼ਨ ਹੈਗੀ ਉੱਥੇ। ਅੱਛਾ ਜੀ, ਤੇ ਸਾਨੂੰ ਇਸ ਦੇ ਨਾਲ ਨਾਲ ਇਹ ਵੀ ਸਟੱਡੀ ਕਰਨ ਦੀ ਲੋੜ ਹੈਗੀ ਵੀ ਉਹ ਬੱਚੇ ਜਿਹੜੇ ਜਿਹਨਾਂ ਦੀ ਗਰੂਮਿੰਗ ਹੋਈ ਹੈ ਉਹਨਾਂ ਦੀ ਬੈਕਗ੍ਰਾਉਂਡ ਕਿੱਦਾਂ ਦੀ ਹੈ, ਉਹਨਾਂ ਦੇ ਮਾਂ ਬਾਪ ਕੀ ਕਰ ਰਹੇ ਨੇ, ਕਿੱਦਾਂ ਦੀਆਂ ਜੋਬਾਂ 'ਚ ਹੈਗੇ ਨੇ, ਕੀ ਮਜਬੂਰੀ ਹੈਗੀ ਬੱਚੇ ਦੀ ਵੀ ਜਿਹੜਾ ਉਹ ਗਲਤ ਰਸਤੇ ਤੇ ਚਲੇ ਗਿਆ। ਜਿਹੜੀ ਗਰੂਮਿੰਗ ਹੁੰਦੀ ਆ ਉਹ ਵਨ ਸਾਈਡਡ ਨਹੀਂ ਹੁੰਦੀ, ਹਾਂਜੀ ਹਾਂ, ਕਿਉਂਕਿ ਜਦੋਂ ਇੱਕ ਦੂਜਾ ਜਿਹੜਾ ਬੰਦਾ ਹੈਗਾ ਆ ਕੇ ਉਹਨੂੰ ਕੰਟੈਕਟ ਕਰਦਾ ਨਾ, ਉਹ ਕਿਤੇ ਤਾਂ ਕਰਦਾ ਹੀ ਆ ਨਾ, ਫਸਟ ਕੰਟੈਕਟ ਕਿਤੇ ਤਾਂ ਹੁੰਦਾ, ਜਾਂ ਤਾਂ ਸਕੂਲ ਦੇ ਬਾਹਰ ਹੁੰਦਾ, ਜਾਂ ਸਕੂਲ ਦੇ ਵਿੱਚ ਹੁੰਦਾ, ਜਾਂ ਫਿਰ ਸੋਸ਼ਲ ਮੀਡੀਆ ਤੇ ਹੁੰਦਾ। ਬਿਲਕੁਲ, ਤੇ ਉਸ ਕਰਕੇ ਮੈਜੋਰਟੀ ਜਿਵੇਂ ਮੇਰੀ ਆਪਣੀ ਨੌਲੇਜ ਦੇ ਮੁਤਾਬਕ ਉਹ ਇੱਦਾਂ ਦੇ ਪਰਿਵਾਰਾਂ ਦੇ ਬੱਚੇ ਹੈਗੇ ਨੇ ਜਿਹੜੇ ਲੋਕੀ ਬਾਹਰ ਰਾਹੀਂ ਜਿਵੇਂ ਜਾਂ ਤਾਂ ਹੋਰ ਪੁੱਠੇ ਕੰਮਾਂ ਦੇ ਵਿੱਚ ਜ਼ਿਆਦਾ ਇਨਵੋਲਵ ਹੈਗੇ ਨੇ, ਜਿਹੜੇ ਲੋਕਾਂ ਦੀ ਬਹੁਤ ਸਰਦਰਦੀ ਲੈ ਰਹੇ ਨੇ ਤੇ ਆਪਣੇ ਘਰੇ ਆਪਣੇ ਬੱਚਿਆਂ ਦੀ ਟੇਕ ਕੇਅਰ ਨਹੀਂ ਕਰ ਰਹੇ। ਬੱਚਾ ਫਰਸਟ੍ਰੇਟਡ ਜਿਹੜਾ ਹੋਇਆ ਹੁੰਦਾ ਹੈ, ਉਹ ਮਾਈਂਡ ਵੱਲੋਂ ਬੜਾ ਕਮਜ਼ੋਰ ਹੋਇਆ ਹੋਇਆ ਹੁੰਦਾ, ਉਹਨੂੰ ਥੋੜਾ ਜਿਹਾ ਵੀ ਕੋਈ ਆ ਕੇ ਪ੍ਰਭਾਵ ਪਾਉਂਦਾ ਉਹਦੇ ਤੇ, ਤੇ ਉਹ ਬੱਚੇ ਦਾ ਕੰਟਰੋਲ ਨਹੀਂ ਰਹਿੰਦਾ, ਕਿਉਂਕਿ ਇੱਕ ਤਾਂ ਏਜ ਇੱਦਾਂ ਦੀ ਹੁੰਦੀ ਹੈ। ਨਹੀਂ ਬਿਲਕੁਲ, ਤੁਹਾਡੀ ਗੱਲ ਦੇਖੋ, ਦੋ ਚੀਜ਼ਾਂ ਆਪਾਂ ਪੁਆਇੰਟ ਉਹ ਕਰੇ ਹੈਗੇ ਨੇ। ਜੇਕਰ ਨੌਰਥ ਅਮਰੀਕਾ ਵਿੱਚ ਦੇਖੀ ਹੈਗੀ, ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਆਪਣੇ ਨੌਜਵਾਨ ਹੈਗੇ ਨੇ ਉਹਨਾਂ ਦੀ ਤਾਂ ਰੈਡੀਕਲਾਈਜੇਸ਼ਨ ਹੋ ਰਹੀ ਹੈਗੀ ਹੈ, ਉਹਨਾਂ ਤੋਂ ਕੱਟੜਪੰਥੀ ਬਣਾਏ ਜਾ ਰਹੇ ਹੈਗੇ ਨੇ, ਔਰ ਲੜਕੀਆਂ ਦੀ ਆਪਣੀ ਯੂਕੇ ਦੇ ਵਿੱਚ ਦੇਖ ਲਓ ਤੁਸੀਂ, ਸਿੱਖਾਂ ਦੀਆਂ ਕੁੜੀਆਂ ਦੀ ਰੈਡੀਕਲਾਈਜ਼ ਗਰੂਮਿੰਗ ਹੋ ਰਹੀ ਹੈਗੀ ਹੈ, ਉਹਨਾਂ ਦੀਆਂ ਤਾਰਾਂ ਪਾਕਿਸਤਾਨ ਨਾਲ ਜੁੜੀਆਂ ਹੈਗੇ ਨੇ, ਜਿਹੜੇ ਰੈਡੀਕਲੇਸ਼ਨ ਦੇ ਵਿੱਚ ਜਿਹੜੇ ਲੋਕੀ ਹੈਗੇ ਨੇ ਉਹਨਾਂ ਦੀਆਂ ਪਾਕਿਸਤਾਨ ਨਾਲ ਜੁੜ ਰਹੀਆਂ ਹੈਗੇ ਨੇ। ਇਹ ਪਾਕਿਸਤਾਨ ਵਾਲਿਆਂ ਨੂੰ ਕੀ ਉਹ ਪ੍ਰੋਬਲਮ ਹੈਗੀ ਹੈ ਵੀ ਜਿਹੜੀ, ਦੇਖੋ ਜਿੱਥੋਂ ਤੱਕ ਸਾਡੀ ਮੇਰੀ ਸੋਚ ਹੈਗੀ ਹੈ, ਸਮਝ ਹੈਗੀ ਹੈ, ਮੈਨੂੰ ਸੁਣਨ ਦੇ ਵਿੱਚ ਆਇਆ ਹੈਗਾ,
ਕਿ ਦੇਖੋ ਜਿਹੜੀ ਪਾਕਿਸਤਾਨ ਦੀ ਆਰਮੀ ਹੈਗੀ ਉਹ ਸਿੱਖਾਂ ਤੋਂ ਬਹੁਤ ਡਰਦੇ ਹੈਗੇ ਨੇ, ਉਹਨਾਂ ਨੂੰ ਹਮੇਸ਼ਾ ਡਰ ਹੈਗਾ ਕਿਉਂਕਿ ਆਪਾਂ ਪਾਕਿਸਤਾਨ ਦੇ ਉੱਤੇ ਬਾਰਡਰ ਦੇ ਉੱਤੇ ਹੋਣ ਕਰਕੇ ਹੈਗੇ, ਹਿੰਦੁਸਤਾਨ ਦੇ ਬਾਰਡਰ ਦੇ ਹੋਣ ਤੇ ਕਰਕੇ ਇੱਕ ਬਾਰਡਰ ਸਟੇਟ ਹੋਣ ਦੇ ਕਰਕੇ ਉਹਨਾਂ ਨੂੰ ਹਮੇਸ਼ਾ ਹੀ ਸਿੱਖਾਂ ਨੂੰ ਪਰੇਸ਼ਾਨੀ ਰਹੀ ਹੈਗੀ ਹੈ। ਤੁਹਾਨੂੰ ਨੀ ਲੱਗਦਾ ਵੀ ਜਿਹੜੀ ਜਿਸ ਤਰ੍ਹਾਂ ਦੀ ਇਹ ਪੈਨੀਟ੍ਰੇਸ਼ਨ ਚੱਲ ਰਹੀ ਹੈ ਆਪਣੀ ਗੁਰਦੁਆਰਿਆਂ ਦੇ ਵਿੱਚ ਪੈਨੀਟ੍ਰੇਸ਼ਨ ਚੱਲ ਰਹੀ ਹੈਗੀ ਇਹਨਾਂ ਰੁੱਖਾਂ ਦੀ, ਜਾਂ ਆਪਣੇ ਲੜਕਿਆਂ ਦੀ ਜਾਂ ਲੜਕੀਆਂ ਦੀ ਗਰੂਮਿੰਗ ਹੋ ਰਹੀ ਹੈਗੀ ਹੈ ਜਾਂ ਰੈਡੀਕਲਾਈਜੇਸ਼ਨ ਹੋਈ ਹੈਗੀ ਹੈ, ਇਹਦੇ ਵਿੱਚੋਂ ਪਾਕਿਸਤਾਨ ਦਾ ਵੀ ਕੋਈ ਵੱਡਾ ਹਿੱਸਾ ਹੋ ਸਕਦਾ ਹੈ ਕਿ ਉਹਨਾਂ ਦੀ ਡੀਪ ਸਟੇਟ? ਉਹਨਾਂ ਦੇ ਵੀ ਐਗਜ਼ੈਕਟਲੀ ਸੇਮ ਹੈਗਾ, ਜਿਵੇਂ ਸਾਡੇ ਜਿਹੜੀ ਮੇਲਸ ਦੀ ਗਰੂਮਿੰਗ ਹੁੰਦੀ ਹੈ ਸਾਡੇ ਹੁੰਦੀ ਹੈਗੀ ਹੈ ਟੈਰਰਿਸਟ ਐਕਟੀਵਿਟੀਜ਼ ਦੇ ਵਾਸਤੇ ਜੀ, ਜਾਂ ਇਹ ਖਾਲਿਸਤਾਨ ਵਾਸਤੇ ਅਸੀਂ ਸਾਡੇ ਹੁੰਦੀ ਹੈ, ਤੇ ਉਹਨਾਂ ਦੇ ਦੂਜਾ ਉਹਨਾਂ ਨੇ ਫੋਕਸ ਹੋਰ ਪਾਸੇ ਕੀਤਾ ਹੋਇਆ, ਉਹਨਾਂ ਨੇ ਸੌਫਟ ਟਾਰਗੇਟ ਚੂਜ਼ ਕੀਤਾ ਹੋਇਆ, ਉਹਨਾਂ ਨੇ ਸਾਡੀਆਂ ਲੜਕੀਆਂ ਚੂਜ਼ ਕੀਤੀਆਂ ਹੋਈਆਂ ਨੇ। ਕਿਉਂਕਿ ਜਿਹੜਾ ਇਹ ਪਿੱਛੇ ਇੱਕ ਸਕੈਂਡਲ ਨਿਕਲਿਆ ਸੀਗਾ ਜਿਹਦੇ ਵਿੱਚ ਇਹ 50 ਬੰਦਿਆਂ ਨੂੰ ਜੇਲ੍ਹ ਹੋਈ ਹੈ, ਇਹ ਸਾਰਾ ਇੱਕ ਆਰਗੇਨਾਈਜ਼ਡ ਗਰੂਮਿੰਗ ਗੈਂਗ ਸੀਗਾ। ਇਹ ਏਦਾਂ ਨੀ ਵੀ ਘਰੋਂ ਉੱਠ ਕੇ ਕੋਈ ਵਿਹਲਾ ਚੱਲ ਕੇ ਚੱਲ ਤੁਰ ਗਿਆ, ਨਹੀਂ, ਇਹਨਾਂ ਇੱਕ ਦਿਨ ਮੀਟਿੰਗ ਪੁਆਇੰਟ ਹੁੰਦੇ ਸੀਗੇ ਇਹਨਾਂ ਦੇ ਉੱਥੇ, ਉੱਥੇ ਪੂਰੇ ਵਿਦ ਪਲਾਨ ਇਹ ਚੱਲਦੇ ਸੀਗੇ, ਤੇ ਇਹਨਾਂ ਨੂੰ ਵੀ ਜਿਹੜੀ ਇਹਨਾਂ ਦੇ ਧਾਰਮਿਕ ਜਿਵੇਂ ਮੌਸਕ ਵਗੈਰਾ ਹੈਗੀਆਂ ਜਾਂ ਜੋ ਵੀ ਇਹਨਾਂ ਦੇ ਰਿਲੀਜੀਅਸ ਸੈਂਟਰ ਹੈਗੇ ਨੇ, ਇਹਨਾਂ ਦੇ ਵੀ ਗੋਡਫਾਦਰ ਉੱਥੇ ਬੈਠੇ ਇਹਨਾਂ ਨੂੰ ਦੱਸਦੇ ਸੀ ਵੀ ਤੁਸੀਂ ਕੀ ਕਰਨਾ, ਉਹ ਗਾਈਡ ਕਰਦੇ ਸੀਗੇ ਇਸ ਕੰਮ ਵਾਸਤੇ। ਤੋ ਇਹ ਤਾਂ ਕਿਸੇ ਵੀ ਰਿਲੀਜਨ ਦੇ ਵਿੱਚ ਹੈਗਾ, ਚਾਹੇ ਆਪਣੇ ਜਾਂ ਚਾਹੇ ਉਹਨਾਂ ਦੇ, ਕਿਸੇ ਤਰ੍ਹਾਂ ਦੀ ਵੀ ਰੈਡੀਕਲਾਈਜੇਸ਼ਨ ਇਹਨਾਂ ਦੇ ਇਹਨਾਂ ਵੈਸਟਰਨ ਕੰਟਰੀਆਂ ਦੇ ਵਿੱਚ ਤਾਂ ਬਹੁਤ ਮਾੜੀ ਗੱਲ ਹੈ, ਕਿਉਂਕਿ ਤੁਸੀਂ ਬੱਚਿਆਂ ਦਾ ਫਿਊਚਰ ਖਰਾਬ ਕਰ ਰਹੇ ਹੋ। ਉਹ ਬੱਚੇ ਇਸ ਸੋਸਾਇਟੀ ਦੇ ਵਿੱਚ ਜਿੱਥੇ ਰਹਿਣਾ ਹੈ ਉਹਦੇ ਵਿੱਚ ਟੋਟਲੀ ਅਨਫਿਟ ਹੋ ਜਾਂਦੇ ਨੇ। ਠੀਕ ਹੈ ਬੈਦਿੰਦਰ ਜੀ, ਆਪਣਾ ਟਾਈਮ ਆਲਮੋਸਟ ਖਤਮ ਹੋ ਗਿਆ ਹੈਗਾ, ਤੇ ਤੁਸੀਂ ਕਨਕਲੂਡ ਕੀ ਕਰਨਾ ਚਾਹੁੰਦੇ ਹੈਗੇ ਵੀ ਇੱਥੋਂ ਦੇ ਜਿਹੜੇ ਆਪਣੇ ਸਪੈਸ਼ਲੀ ਮਿਹਨਤੀ ਸਿੱਖ ਹੈਗੇ ਨੇ, ਸਪੈਸ਼ਲੀ ਜਿਹੜੇ ਡਾਇਸਪੋਰਾ ਦੇ ਵਿੱਚ ਬੈਠੇ ਹੋਏ ਹੈਗੇ ਨੇ, ਬਾਹਰਲੇ ਮੁਲਕਾਂ 'ਚ ਬੈਠੇ ਹੈਗੇ ਨੇ, ਆਪੋ ਆਪਣੇ ਕੰਮਾਂ 'ਚ ਕੋਈ ਟਰੱਕ ਚਲਾ ਰਿਹਾ, ਕੋਈ ਟੈਕਸੀ ਚਲਾ ਰਿਹਾ ਹੈਗਾ, ਕੋਈ 7-Eleven ਗੈਸ ਸਟੇਸ਼ਨ ਚਲਾ ਰਿਹਾ, ਹਰ ਕੋਈ ਬੰਦਾ ਮਿਹਨਤ ਕਰ ਰਿਹਾ ਹੈਗਾ, ਉਹਨਾਂ ਮਿਹਨਤੀ ਲੋਕਾਂ ਨੂੰ ਇਹਨਾਂ ਬਾਰੇ, ਇਹਨਾਂ ਦੀ ਐਕਟੀਵਿਟੀ ਬਾਰੇ, ਸਪੈਸ਼ਲੀ ਜਿਹੜੀ ਇੱਦਾਂ ਦੀਆਂ ਘਟੀਆ ਹਰਕਤਾਂ ਕਰਦੇ ਹੈਗੇ ਨੇ, ਜਿਹਨਾਂ ਨੇ ਦੁਕਾਨਦਾਰੀ ਸਿੱਖੀ ਦੇ ਉੱਤੇ ਖੋਲੀ ਹੋਈ ਹੈਗੀ, ਸਿੱਖਾਂ ਨੂੰ ਬਦਨਾਮ ਕਰ ਰਹੇ ਹੈਗੇ ਨੇ, ਉਹਨਾਂ ਦੇ ਬਾਰੇ ਤੁਹਾਨੂੰ ਤੁਸੀਂ ਇਹਨਾਂ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੇਰਾ ਖਿਆਲ ਹੈ ਜੀ, ਕਿਉਂਕਿ ਇੱਥੇ ਜਿਹੜੇ ਲੋਕੀ ਇਹਨਾਂ ਦੀ ਐਕਟੀਵਿਟੀਜ਼ ਨੂੰ ਪਸੰਦ ਨਹੀਂ ਕਰਦੇ ਉਹ ਬਹੁਤ ਜ਼ਿਆਦਾ ਹਾਈ ਮੈਜੋਰਟੀ 'ਚ ਨੇ ਜੀ, ਪਰ ਉਹਨਾਂ ਦੀ ਇੱਕ ਹੀ ਪ੍ਰੋਬਲਮ ਹੈ ਵੀ ਉਹ ਕਹਿ ਰਹੇ ਆ ਵੀ ਛੱਡੋ ਆਪਾਂ ਕੀ ਦਖਲ ਦੇਣਾ ਹੈ, ਵੀ ਇਹਨਾਂ ਨਾਲ ਕਿਹੜਾ ਮੱਥਾ ਮਾਰੂਗਾ। ਤੇ ਮੇਰੀ ਉਹਨਾਂ ਨੂੰ ਇਹ ਰਿਕੁਐਸਟ ਹੈਗੀ, ਕਿਉਂਕਿ ਇਹ ਜਿਹੜੇ ਜਿੰਨੇ ਵੀ ਆਪਣੇ ਬੰਦੇ ਇੱਥੇ ਹੈਗੇ ਨੇ, ਹੈ ਤਾਂ ਸਾਡੇ ਆਪਣੇ ਭੈਣ ਭਰਾ ਹੀ ਨੇ ਨਾ ਕਿਸੇ ਨਾ ਕਿਸੇ ਦੇ, ਅਸੀਂ ਇੱਕ ਦੂਜੇ ਨਾਲ ਰਿਲੇਟਡ ਹੀ ਆ ਸਾਰੇ, ਸਾਨੂੰ ਇਹਨਾਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਵੀ ਦੇਖੋ ਮੈਜੋਰਟੀ ਤੁਹਾਡੇ ਨਾਲ ਹਾਂ ਵੀ ਨਹੀਂ ਭਰ ਰਹੀ, ਤੇ ਤੁਸੀਂ ਮੈਜੋਰਟੀ ਨੂੰ ਆਪਣੇ ਨਾਲ ਨਹੀਂ ਲਾ ਸਕਦੇ, ਕਿਉਂਕਿ ਤੁਹਾਡਾ ਜਿਹੜਾ ਕਾਜ਼ ਹੈਗਾ ਉਹ ਮੈਜੋਰਟੀ ਨੂੰ ਨਾਲ ਲਾਉਣ ਵਾਲਾ ਨਹੀਂ ਹੈਗਾ। ਤੇ ਵੀ ਤੁਸੀਂ ਕਿਉਂ ਸਾਰੀ ਇੱਕ ਕਮਿਊਨਿਟੀ ਦੀ ਜਾਂ ਆਪਣੀ ਪੂਰੀ ਕੌਮ ਦੀ ਬਦਨਾਮੀ ਕਰਾ ਰਹੇ ਹੋ? ਇਸ ਮੁਲਕ ਦੇ ਵਿੱਚੋਂ ਮੈਂ ਤੈਨੂੰ ਐਗਜ਼ਾਮਪਲ ਦਿੰਦਾ, ਸੀਰੀਆ ਦੇ ਵਿੱਚ ਇੱਥੋਂ ਦੇ ਜਿਹੜੇ ਬੋਰਨ ਇੱਥੇ ਕੁੜੀਆਂ ਸੀਗੀਆਂ ਜਾਂ ਜਿਹੜੇ ਯੰਗ ਮੈਨ ਸੀਗੇ ਉਹ ਸੀਰੀਆ ਦੇ ਵਿੱਚ ਲੜਨ ਚਲੇ ਗਏ, ਬ੍ਰਿਟਿਸ਼ ਬੋਰਨ ਜਿਹੜੇ ਸੀਗੇ, ਤੇ ਇਹਨਾਂ ਨੇ ਪਹਿਲਾਂ ਰੋਕਣ ਦੀ ਕੋਸ਼ਿਸ਼ ਕਰੀ, ਤੇ ਉਹ ਚਲੋ ਪਹਿਲਾਂ ਜਿਹੜੇ ਸਲਿਪ ਕਰ ਗਏ ਬਾਰਡਰ ਟਰਕੀ ਵਗੈਰਾ ਤੇ ਜਾ ਕੇ ਉੱਥੇ ਪਹੁੰਚ ਗਏ, ਜਿਹੜੇ ਜਿਹੜੇ ਉਹਨੂੰ ਪਤਾ ਲੱਗ ਗਿਆ ਵੀ ਸਾਡੇ ਮੁਲਕ ਦੇ ਬੋਰਨ ਹੈਗੇ ਨੇ, ਬ੍ਰਿਟਿਸ਼ ਬੋਰਨ ਚਾਈਲਡ ਨੇ, ਉਹਦੀ ਸਾਰਾ ਕੁਛ ਹੈਗਾ, ਇਹਨਾਂ ਨੇ ਉਹਨਾਂ ਦੀ ਸਿਟੀਜ਼ਨਸ਼ਿਪ ਬਾਈ ਬਰਥ ਸਿਟੀਜ਼ਨਸ਼ਿਪ ਕੈਂਸਲ ਕਰ ਦਿੱਤੀ, ਇਹ ਕਹਿੰਦੇ ਅਸੀਂ ਤੁਹਾਨੂੰ ਵਾਪਸ ਨਹੀਂ ਲਵਾਂਗੇ, ਕਿਉਂਕਿ ਤੁਸੀਂ ਕੰਟਰੀ ਦੇ ਜੋ ਲਾਜ਼ ਹੈਗੇ ਨੇ ਉਹ ਬ੍ਰੇਕ ਕੀਤੇ ਨੇ। ਬਿਲਕੁਲ, ਤੇ ਉਹ ਹੁਣ ਇੱਕ ਦੋ ਕੇਸ ਤਾਂ ਸਾਡੇ ਇੱਥੇ ਕੋਰਟਸ ਵਿੱਚ ਚੱਲ ਰਹੇ ਨੇ, ਕਿਉਂਕਿ ਇੱਕ ਲੜਕੀ ਗਈ ਸੀਗੀ ਤੇ ਉਹ ਉੱਥੇ ਇੱਕ ਜਗ੍ਹਾ ਵਿਕੀ, ਦੂਜੀ ਜਗ੍ਹਾ ਵਿਕੀ, ਉਹਨੂੰ ਇੱਥੋਂ ਬੜਾ ਉਹਨੂੰ ਸਬਜਵਾਦ ਦਿਖਾ ਕੇ ਲੈ ਗਏ, ਤੇ ਉੱਥੇ ਬੱਚਾ ਹੋ ਗਿਆ, ਤੇ ਹੁਣ ਇਹ ਉਹਨੂੰ ਗਵਰਨਮੈਂਟ ਉਹਨੂੰ ਵਾਪਸ ਨਹੀਂ ਲੈ ਰਹੀ, ਉਹਦੀ ਨਾਲ ਕੋਈ ਸਿਟੀਜ਼ਨ ਅਕਵਾਇਰਡ ਸਿਟੀਜ਼ਨ ਨਹੀਂ ਹੈਗੀ, ਉਹ ਬਾਈ ਬਰਥ ਸਿਟੀਜ਼ਨ ਹੈਗੀ ਇੱਥੋਂ ਦੀ। ਅੱਛਾ ਜੀ। ਪਰ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਇੱਕ ਰੂਲ ਪਾਸ ਕਰਤਾ ਹੈਗਾ ਵੀ ਜਿਹੜਾ ਬਾਈ ਬਰਥ ਵੀ ਹੈਗਾ, ਜਿਹੜਾ ਇੱਦਾਂ ਦੀ ਸਿਚੁਏਸ਼ਨ 'ਚ ਜਾਏਗਾ ਕਿਤੇ, ਕਿਤੇ ਟੈਰੋਰਿਜ਼ਮ ਚੱਲ ਰਹੀ ਆ ਉੱਥੇ ਜਾਏਗਾ, ਅਸੀਂ ਉਹਦੀ ਸਿਟੀਜ਼ਨ ਵੀ ਕੈਂਸਲ ਕਰ ਦਾਂਗੇ। ਸਾਡੇ ਬੱਚੇ ਨੇ ਗੱਲ, ਉਹਨਾਂ ਨੂੰ ਖਿਆਲ ਰੱਖਣਾ ਚਾਹੀਦਾ। ਹਾਂਜੀ ਹਾਂ, ਔਰ ਇੱਕ ਟਾਈਮ ਇਜਾਜ਼ਤ ਨਹੀਂ ਦਿੰਦਾ ਹੈਗਾ, ਤੁਹਾਡਾ ਬਹੁਤ ਬਹੁਤ ਧੰਨਵਾਦ, ਸਪੈਸ਼ਲੀ ਦੀ ਖਾਲਸਾ ਟੂਡੇ ਚੈਨਲ ਦੇ ਨਾਲ ਰੂਬਰੂ ਹੋ ਕੇ ਤੁਸੀਂ ਜਿਹੜੀਆਂ ਆਪਣੇ ਜੋ ਰਿਐਲਿਟੀ ਦੀਆਂ ਹੈਗੀਆਂ ਗੱਲਾਂ ਹੈਗੀਆਂ ਸੀ, ਜੋ ਹਰ ਰੋਜ਼ ਆਪਾਂ ਦੇਖਦੇ ਹੈਗੇ ਬਾਹਰਲੇ ਮੁਲਕਾਂ 'ਚ ਦੇਖਦੇ ਹਾਂ, ਕਈ ਵਾਰੀ ਹੁੰਦਾ ਵੀ ਜਿਹੜਾ ਇੰਡੀਆ 'ਚ ਬੈਠਾ ਬੰਦਾ ਹੈਗਾ ਉਹਨੂੰ ਨਹੀਂ ਪਤਾ ਹੁੰਦਾ ਵੀ ਬਾਹਰ ਕੀ ਹੋ ਰਿਹਾ, ਉੱਥੇ ਲੱਗਦਾ ਸੋਸ਼ਲ ਮੀਡੀਆ 'ਤੇ ਇਹਨਾਂ ਲੋਕਾਂ ਦੀ ਬਹੁਤ ਵੱਡੀ ਵੱਡੀ ਇਹਨਾਂ ਨੇ ਮੁਹਿੰਮ ਖੜੀ ਕਰ ਲਈ ਹੈਗੀ, ਜਿਹੜਾ ਇੱਕ ਮਜ਼ਾਕ ਹੈਗਾ, ਮਜ਼ਾਕ ਦੀ ਤਰ੍ਹਾਂ ਇਹ ਪੇਸ਼ ਆ ਰਹੇ ਹੈਗੇ ਨੇ ਔਰ ਸਾਰਿਆਂ ਨੂੰ ਬਦਨਾਮ ਕਰ ਰਹੇ ਹੈਗੇ ਨੇ, ਇਹਨਾਂ ਤੋਂ ਥੋੜ੍ਹਾ ਜਿਹਾ ਸਾਵਧਾਨ ਰਹਿਣਾ ਚਾਹੀਦਾ ਹੈਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੇ ਥੈਂਕ ਯੂ, ਬਹੁਤ ਬਹੁਤ ਥੈਂਕ ਯੂ।